जस टीवी देख रहे हो तुसीं, मैं केपी सिंह टू द पॉइंट विद तुहाडा सब का स्वागत करदा। पंजाब विच पावर का मुद्दा बड़ा वड्डा है। पावर वो नहीं, वो 2022 वाली पावर है। पावर का मुद्दा जिहड़ी पावर सप्लाई तुहानूं कदे कताई नहीं मिलती, जिंदे ते सारा रफड़ शुरू होया, पीपीए पावर परचेस एग्रीमेंट जिन्हां ते कलेश पिया होया। पर इस कलेश दे विचाले तुहानूं महंगी बिजली क्यों मिलती पई है, पावर कट क्यों लगते है, अन ऐलाने पावर कट क्यों लगते, यह सारे सवाल तुहाडे अगे खड़े है। इस इन्हां सवालों के विचाले कांग्रेस हाईकमान ने 18-31 एजेंडा कांग्रेस को दिता। पंजाब के मुख्यमंत्री कैप्टन अमरिंदर सिंह ने हुण कहा कि एक पासड़ सारे बिजली खरीद समझौते जिहड़े रद्द करन जां मुड़ कोखण लई PSPCL काम करे। इस हुक्म ते भी सवाल उठ गया ते सियासत होर तप गई है। नवजोत सिंह सिद्धू आपदे पद्धर ते आपदे एजेंडे लागू करवाउणा चाहुंदे आ। विरोधी धिरां इह कहिंदियां कि कमीशन खाती रही है सरकार हुण तिकर, पहला अकाली भाजपा सरकार ने खाधा, आम आदमी पार्टी के इल्जाम है। तो अकाली दल कहिंदा कि पावर परचेज एग्रीमेंट है उन्होंने रद्द करना तो सौखा है, पर पावर लियाओगे कितों, असी तो 5 रुपये बिजली देवे जो पावर चाह गए। बहुत सारे सवाल है, सारे सवालों का नितारा होगा पूछांगे, पर वड्डा सवाल यही पूछांगे PPA अगे कि पावर चलेगी। पहला बयानबाजी सुन लीए, हुई की है मनमोहन सिंह जो फाइनेंस मिनिस्टर सी, प्रधानमंत्री सी, उन्होंने पूरे देश वास्ते फॉरमेट दिता जिसे फॉरमेट से हुए है, जे इन्हों रद्द करने हैं कर लो, सानू कोई प्रॉब्लम नहीं है, पर बिजली का इंतजाम करो। रद्द करने बड़े सौखे है, बिजली पैदा करने किवे लियाओगे, बिजली कितों लियाओगे, किस रेट से लियाओगे। हुणी बिजली महकमे ने इस साल 13-14 रुपये यूनिट बिजली खरीदी है, ਕੀ ਤੁਸੀਂ 14 ਰੁਪਏ ਖਰੀਦ ਕੇ ਤੁਸੀਂ ਲੋਕਾਂ ਨੂੰ 20 ਰੁਪਏ ਦਿਓਗੇ? ਐਵਰੇਜ ਨਹੀਂ ਲਿੱਤੀ ਗਈ ਔਰ ਪੰਜਾਬ ਨੂੰ ਬਗੈਰ ਬਿਜਲੀ ਲਿੱਤੇ ਫਿਕਸ ਚਾਰਜ ਜਿਹੜੇ ਕਿ ਪੀਕ ਟਾਈਮ ਦੇ ਉੱਤੇ ਲਾਗੂ ਕੀਤੇ ਜਾਂਦੇ ਆ, ਹਜ਼ਾਰਾਂ ਕਰੋੜ ਦੇਣੇ ਪੈ ਰਹੇ ਆ। ਅੱਜ ਜਿਹੜੀ ਸੋਲਰ ਊਰਜਾ ਹੈ ਉਹ 1.99 ਰੁਪਏ ਉਪਲਬਧ ਨੇ, ਉਪਲਬਧ ਹੈ ਔਰ ਮਜੀਠੀਏ ਨੇ ਜਿਹੜੇ ਕੰਟਰੈਕਟ ਕੀਤੇ ਨੇ 17 ਰੁਪਏ ਤੇ 7 ਰੁਪਏ ਦੇ ਕੀਤੇ ਹੋਏ ਨੇ, ਔਰ ਇਹ ਪਤਾ ਹੋਣ ਦੇ ਬਾਵਜੂਦ ਕਿ ਹਰ ਸਾਲ 15-20% ਸੋਲਰ ਊਰਜਾ ਦਾ ਰੇਟ ਘਟਣਾ, ਇਸ ਕਰਕੇ ਇਹ ਫੋਲਟੀ PPAs ਸਿਰੇ ਤੋਂ ਰੱਦ ਕੀਤੇ ਜਾਣ। ਇੱਕ ਵੀ ਸਿੰਗਲ ਮੀਟਿੰਗ ਕੈਪਟਨ ਸਾਹਿਬ ਵਜ਼ੀਰ ਨੇ, ਕੈਪਟਨ ਸਾਹਿਬ ਮੰਤਰੀ ਨੇ, ਉਸ ਮਹਿਕਮੇ ਦੇ ਇਲੈਕਟ੍ਰਿਸਿਟੀ ਮਹਿਕਮੇ ਦੇ ਪਾਵਰ ਦੇ ਕਿਹੜੇ ਮਿਨਿਸਟਰ ਨੇ, ਕੈਪਟਨ ਸਾਹਿਬ ਖੁਦ ਨੇ ਗਏ। ਨਵਜੋਤ ਸਿੰਘ ਸਿੱਧੂ ਨੇ ਡਰਦੇ ਮਾਰੇ ਜਿਹੜਾ ਹੈਗਾ ਲਿਆ ਨਹੀਂ ਸੀ, ਉਹਨੂੰ ਪਤਾ ਸੀਗਾ ਕਿ ਮੇਰੇ ਗੱਲ 'ਚ ਪਊਗਾ, ਇਸੇ ਗੱਲ ਕਰਕੇ ਉਹਨੇ ਜੁਆਇਨ ਨਹੀਂ ਕੀਤਾ ਸੀ, ਕਿਉਂਕਿ ਪਾਵਰ ਪਰਚੇਜ ਐਗਰੀਮੈਂਟ ਫਿਰ ਉਹਨੂੰ ਰੱਦ ਕਰਨੇ ਪੈਣੇ ਸੀ, ਇਸੇ ਗੱਲ ਕਰਕੇ ਉਹਨੇ ਜੁਆਇਨ ਨਹੀਂ ਕੀਤਾ ਸੀਗਾ। ਸੋ ਕੈਪਟਨ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਸੀਗੀ 4.5 ਸਾਲ ਪਹਿਲਾਂ ਜਿਹੜਾ ਵਾਅਦਾ ਪੰਜਾਬੀਆਂ ਨਾਲ ਕੀਤਾ ਸੀ, ਪੰਜਾਬ ਦੇ ਲੋਕਾਂ ਨਾਲ ਕੀਤਾ ਸੀਗਾ, ਉਹ ਵਾਅਦਾ ਪੂਰਾ ਕਿਉਂ ਨਹੀਂ ਕੀਤਾ? ਹੁਣ ਇਲੈਕਸ਼ਨ ਆ ਗਏ, ਇਲੈਕਸ਼ਨ ਨੇੜੇ ਆ ਕੇ ਹੁਣ ਚਿੱਠੀਆਂ ਲਿਖਣ ਲੱਗ ਗਏ। ਵੱਡਾ ਸਵਾਲ ਅਸੀਂ ਪੁੱਛ ਰਹੇ ਹਾਂ, ਬਿਜਲੀ ਸਮਝੌਤਿਆਂ ਅਤੇ ਮੁੱਖ ਮੰਤਰੀ ਦੇ ਪਾਵਰ ਕੌਮ ਨੂੰ ਹੁਕਮਾਂ ਨਾਲ ਅਸਲ 'ਚ ਕੀ ਹੋਵੇਗਾ? ਇਹ ਸਵਾਲ ਬੜਾ ਮਹੱਤਵਪੂਰਨ ਹੈ, ਸਵਾਲ 'ਤੇ ਬਹਿਸ ਹੋਵੇਗੀ। ਪੈਨਲ ਸਾਡੇ ਨਾਲ ਮੌਜੂਦ ਹੈ, ਤਾਰਿਫ ਕਰਾਉਣਾ ਅਤੇ ਉਸ ਤੋਂ ਬਾਅਦ ਡਿਬੇਟ ਸ਼ੁਰੂ ਕਰਦੇ ਹਾਂ। ਡਾਕਟਰ ਪਹਿਲਾ ਗਰਗ ਐਕਟੀਵਿਸਟ ਦੇ ਤੌਰ 'ਤੇ ਵਿਚਰ ਰਹੇ ਨੇ, ਪਰ ਇਹ ਅਕਸਰ ਕਹਿੰਦੇ ਆ ਕਿ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ, ਸਾਡਾ ਜਿਹੜਾ ਮੀਡੀਆ ਉਹ ਮੁੱਦਿਆਂ ਤੋਂ ਪਾਸੇ ਹੋ ਰਿਹਾ ਅਤੇ ਸਿਰਫ ਪੋਲੀਟੀਕਲ ਏਜੰਡਿਆਂ ਦੀ ਗੱਲ ਕਰਦਾ ਪਿਆ। ਮੁੱਦਿਆਂ ਦੀ ਰਾਜਨੀਤੀ ਹੋਣੀ ਚਾਹੀਦੀ, ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ। ਸਾਬਕਾ ਰਜਿਸਟਰਾਂ ਨੇ ਬਾਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦੇ, ਅਤੇ ਇਹਨਾਂ ਨੂੰ ਪਤਾ ਕਿ ਇਹ ਜਿਹੜਾ ਬਿਜਲੀ ਵਾਲਾ ਪਾੜਾ ਹੈਗਾ ਉਹ ਅਸਲ ਵਿੱਚ ਕਹਿੰਦੀ ਦੇਣ ਹੈਗੀ ਹੈ। ਇਸ ਕਰਕੇ ਡਾਕਟਰ ਗਰਗ ਨੂੰ ਸਦਾ, ਡਾਕਟਰ ਗਰਗ ਸਰ ਬਹੁਤ ਸਵਾਗਤ ਹੈ ਸਰ ਤੁਹਾਡਾ। ਸ਼ੁਕਰੀਆ ਜੀ ਬਹੁਤ। ਸਦੇਵ ਸਿੰਘ ਰੋਪੜ ਕਾਂਗਰਸ ਸਪੋਕਸ ਪਰਸਨ ਹੈ, ਇਹਨਾਂ ਨੂੰ ਬਿਜਲੀ ਮੁੱਦਿਆਂ ਬਾਰੇ ਬਹੁਤ ਚੰਗੀ ਤਰ੍ਹਾਂ ਪਤਾ ਨਹੀਂ ਅੱਜ ਕੀ ਬੋਲਣਗੇ, ਕਿਉਂਕਿ ਪਾਰਟੀ ਦੀ ਵੀ ਕੋਈ ਲਾਈਨ ਹੁੰਦੀ ਹੈ। ਸਦੇਵ ਸਿੰਘ ਰੋਪੜ ਤੁਹਾਡਾ ਬਹੁਤ ਸਵਾਗਤ ਹੈ। ਅਹਿਬਾਬ ਸਿੰਘ ਗਰੇਵਾਲ ਆਮ ਆਦਮੀ ਪਾਰਟੀ ਸਪੋਕਸ ਪਰਸਨ ਹੈ, ਇਹ ਵਾਰ ਵਾਰ ਕਹਿੰਦੇ ਆ ਕਿ ਬਿਜਲੀ ਦੇ ਮੁੱਦੇ 'ਤੇ ਦੋਨਾਂ ਸਰਕਾਰਾਂ ਨੇ, ਇਸ ਤੋਂ ਪਿਛਲੀ ਸਰਕਾਰ ਨੇ ਵੀ ਅਤੇ ਹੁਣ ਸਰਕਾਰ ਨੇ ਵੀ ਧੋਖਾ ਕੀਤਾ, ਕਹਿੰਦੇ ਜਦੋਂ ਅਸੀਂ ਆ ਗਏ ਸਭ ਕੁਝ ਠੀਕ ਕਰ ਦਾਂਗੇ, ਕਿ ਦਿੱਲੀ ਵਿੱਚ ਸਭ ਕੁਝ ਠੀਕ ਕਰਤਾ। ਅਹਿਬਾਬ ਜੀ ਬਹੁਤ ਸਵਾਗਤ ਹੈ ਤੁਹਾਡਾ। ਅਰਸ਼ਜੀਤ ਸਿੰਘ ਕਲੇਰ ਸ਼੍ਰੋਮਣੀ ਸਪੋਕਸ ਪਰਸਨ ਹੈ, ਇਹ PPA ਰੱਦ ਕਰਨ ਤੋਂ ਪਾਸੇ ਹੁੰਦੇ ਆ, ਪਰ ਇਹ ਕਹਿੰਦੇ ਆ 5 ਰੁਪਏ ਬਿਜਲੀ ਦੇ ਦੇਵਾਂਗੇ, ਪਰ ਪਤਾ ਨਹੀਂ ਕਿਵੇਂ ਦੇਣਗੇ, ਇਹ ਇਹਨਾਂ ਨੂੰ ਪਤਾ ਹੋਊਗਾ। ਇਹ ਹੁਣ ਵੀ ਕਹਿੰਦੇ ਆ ਕਿ ਅਸੀਂ ਸਭ ਤੋਂ ਸਸਤੇ ਪਾਵਰ ਐਗਰੀਮੈਂਟ ਕੀਤੇ ਸੀ, 2 ਰੁਪਏ 86 ਪੈਸੇ, 2 ਰੁਪਏ 99 ਪੈਸੇ, ਪਤਾ ਨਹੀਂ ਇੰਨੀ ਮਹਿੰਗੀ ਬਿਜਲੀ ਹੈ ਜਿਹੜੀ ਕੈਪਟਨ ਸਰਕਾਰ ਕਿਉਂ ਦੇ ਰਹੀ ਹੈ। ਕਲੇਅਰ ਦਾ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਸਦੇਸ਼ ਰੋਪੜ ਤੁਹਾਨੂੰ ਕਰਨਾ ਚਾਹੁੰਦਾ। ਸਦੇਸ਼ ਰੋਪੜ, ਸਵਾਲ ਇਹ ਹੈਗਾ ਕਿ 4.5 ਸਾਲ ਬਾਅਦ ਕਿਉਂ ਯਾਦ ਆਈ? ਦੇਖੋ ਗੱਲ ਇਹ ਹੈ KP ਜੀ ਵੀ ਪਾਵਰ ਇੱਕ ਬੜਾ ਗੰਭੀਰ ਮੁੱਦਾ ਹੈ ਤੇ ਇੱਕ ਬੜੀ ਸਭ ਤੋਂ ਜ਼ਰੂਰਤ ਦਾ ਜਿਹੜਾ ਹੈਗਾ ਸਾਡਾ ਇਹ ਮੁੱਦਾ ਹੈ, ਔਰ ਉਹਦੇ ਵਿੱਚ
ਜੋ ਪਾਵਰ ਐਗਰੀਮੈਂਟ ਹੋਏ ਹੁੰਦੇ ਨੇ ਕਿਸੇ ਵੀ ਪਾਵਰ ਪਰਚੇਜ ਦੇ ਜਿਹੜੇ ਐਗਰੀਮੈਂਟ ਸੀ ਦੋ ਧਿਰਾਂ ਦੇ ਵਿੱਚ ਇੱਕ ਪ੍ਰਾਈਵੇਟ ਪਲੇਅਰ ਸੀਗੇ ਜਿਹੜੇ ਜਿਨ੍ਹਾਂ ਦੇ ਵਿੱਚ ਤਿੰਨ ਪ੍ਰਾਈਵੇਟ ਪਲੇਅਰਾਂ ਨਾਲ ਤਾਂ ਇਹ ਜਿਹੜੇ ਸੀਗੇ ਥਰਮਲ ਪਾਵਰ ਸਟੇਸ਼ਨ ਦੇ ਸੀਗੇ ਇਹਦੇ ਬਾਕੀ ਜਿਹੜੇ ਕਿ ਸੋਲਰ ਤੇ ਰਿਊਨੇਬਲ ਐਨਰਜੀ ਦੇ ਸੀਗੇ ਤੇ ਉਹਦੇ ਵਿੱਚ ਦੇਖੋ ਗੱਲ ਇੱਕ ਹੈ ਸਭ ਤੋਂ ਵੱਡੀ ਗੱਲ ਮੈਂ ਬਿਲਕੁਲ ਇੱਕ ਗੱਲ ਦੇ ਨਾਲ ਇਹ ਕਹੂੰ ਕਹਿਣ 'ਚ ਮੈਨੂੰ ਕੋਈ ਗਰੇਜ ਨਹੀਂ ਵੀ ਉਹਨਾਂ ਜਿਹੜਾ ਪਿਛਲੀ ਸਰਕਾਰ ਕਰਕੇ ਗਈ ਸੀ ਉਹਨਾਂ ਨੇ ਅੱਖਾਂ ਮੀਚ ਕੇ ਇਹ ਐਗਰੀਮੈਂਟ ਕੀਤੇ ਔਰ ਸਾਡੀ ਪਾਵਰ ਦੀ ਡਿਮਾਂਡ ਨੂੰ ਨਾ ਦੇਖਦੇ ਹੋਏ ਔਰ ਉਹ ਉਦੋਂ ਉਹਦੇ ਉਹਨੂੰ ਵੀ ਮੁੱਖ ਨਾ ਰੱਖਦੇ ਹੋਏ ਜਿਹੜਾ ਹੈਗਾ ਇਹਨਾਂ ਨੇ ਉਸ ਕਿਸਮ ਦੇ ਐਗਰੀਮੈਂਟ ਕੀਤੇ ਔਰ ਐਗਰੀਮੈਂਟ ਕਰਨ ਦੇ ਵਿੱਚ ਵੀ ਕੀ ਸੀਗਾ ਦੇਖੋ ਇਹ ਇੱਕ ਇੱਕ ਜਿਵੇਂ ਯੂਨਿਟ ਇੱਕ ਦਾਭਾ ਪਾਵਰ ਪਲਾਂਟ ਵਾਸਤੇ ਇੱਕ ਯੂਨਿਟ ਦਾ ਇਹ ਬਿੱਡ ਮੰਗਦੇ ਨੇ ਔਰ ਏਦਾਂ ਹੀ ਇੱਕ ਵਾਸ ਮੰਗਦੇ ਨੇ ਇਹ ਤਲਵੰਡੀ ਸਾਬੋ ਵਾਸਤੇ ਪਰ ਉਹਨਾਂ ਨੂੰ ਬਾਅਦ 'ਚ ਕੀ ਕਰਦੇ ਨੇ ਉਹਨਾਂ ਨੂੰ ਇਹ ਉਹਨਾਂ ਦੇ MOU ਬਣਾ ਲੈਂਦੇ ਨੇ ਵੀ ਇੱਕ ਦੀ ਥਾਂ ਤੇ ਅਸੀਂ ਇੱਥੇ ਦੋ ਲਾਵਾਂਗੇ ਉੱਥੋਂ ਇੱਕ ਦੀ ਥਾਂ ਤੇ ਤਿੰਨ ਯੂਨਿਟ ਲਾ ਦਿੱਤੇ ਔਰ ਉਹਨਾਂ ਨਾਲ ਹੋਇਆ ਕੀ ਵੀ ਸਾਡੀ ਜਿਹੜੀ ਪਾਵਰ ਦੀ ਡਿਮਾਂਡ ਹੈ ਉਹ ਵੇਰੀ ਕਰਦੀ ਹੈ ਜਦੋਂ ਸਾਡੀ ਸਾਢੇ 9 ਮਹੀਨੇ ਜਾਂ 10 ਮਹੀਨੇ ਸਾਡੀ ਜਿਹੜੀ ਪਾਵਰ ਦੀ ਡਿਮਾਂਡ ਹੁੰਦੀ ਹੈ ਉਹ 6000 ਮੈਗਾਵਾਟ 6500 ਮੈਗਾਵਾਟ 5500 ਤੋਂ 6500 ਮੈਗਾਵਾਟ ਦੇ ਵਿੱਚ ਵਿੱਚ ਸਾਡੀ ਜਿਹੜੀ ਹੈ ਇਹ ਡਿਮਾਂਡ ਰਹਿੰਦੀ ਹੈ ਔਰ ਜਿਹੜਾ ਸਾਡਾ ਪੈਡੀ ਦਾ ਸੀਜ਼ਨ ਹੁੰਦਾ ਉਧਰੋਂ ਗਰਮੀ ਵੀ ਉਦੋਂ ਪੂਰੀ ਜ਼ੋਰਾਂ ਤੇ ਹੁੰਦੀ ਹੈ ਉਦੋਂ ਜਿਹੜੀ ਡਿਮਾਂਡ ਹੈ ਪਹਿਲੇ ਜਿਹੜਾ ਪਿਛਲੇ ਸਾਲਾਂ ਤੱਕ ਰਿਕਾਰਡ 13000 ਮੈਗਾਵਾਟ ਸੀ ਪਰ ਇਸ ਵਾਰ ਉਹ 14000 ਮੈਗਾਵਾਟ ਤੋਂ ਵੀ ਜਿਹੜੀ ਕ੍ਰੋਸ ਕਰ ਗਈ ਔਰ ਉਹਦੇ ਵਿੱਚ ਇਹਨਾਂ ਨੇ ਅੱਖਾਂ ਮੀਚ ਕੇ ਇਹ ਨਹੀਂ ਦੇਖਿਆ ਰੋਪੜ ਸਾਹਿਬ ਤੁਸੀਂ ਡਿਫਾਈਨ ਬਹੁਤ ਵਧੀਆ ਕੀਤਾ ਪਹਿਲਾਂ 11000 ਮੈਗਾਵਾਟ 13000 ਮੈਗਾਵਾਟ ਪਹੁੰਚ ਗਈ ਹੁਣ 14000 ਮੈਗਾਵਾਟ ਪਹੁੰਚ ਗਈ ਵੈਸੇ ਸਾਨੂੰ 8 ਤੋਂ 10 ਮਹੀਨਿਆਂ ਦੇ ਵਿੱਚ 6000 ਤੋਂ 6500 ਮੈਗਾਵਾਟ ਦੇ ਵਿੱਚ ਜ਼ਰੂਰਤ ਹੁੰਦੀ ਹੈ ਤੁਸੀਂ ਬਿਲਕੁਲ ਠੀਕ ਐਕਸਪਲੇਨ ਕੀਤਾ ਸਰ ਮੇਰਾ ਸਵਾਲ ਤਾਂ ਹੈ ਹੁਣ ਅਕਾਲੀ ਸਰਕਾਰ ਨਹੀਂ ਚੱਲਦੀ ਪਈ ਤੁਹਾਡੀ ਸਰਕਾਰ ਸਰ 4.5 ਸਾਲਾਂ ਕੀ ਕੀਤਾ ਤੁਸੀਂ ਸਰ ਸਵਾਲ ਤਾਂ ਹੈ ਰੋਪੜ ਸਾਹਿਬ ਤੁਸੀਂ ਕਹਿ ਕੇ ਆਏ ਸੀਗੇ ਅਸੀਂ ਰਿਵਿਊ ਕਰਾਂਗੇ ਸਰ ਉਹਦਾ ਜਵਾਬ ਦਿਓ ਰੋਪੜ ਸਾਹਿਬ ਸਰ ਰਿਵਿਊ ਕਰਦਾ ਰਹੇ ਹਾਂ ਹੁਣ ਹਾਂ 4.5 ਸਾਲ ਬਾਅਦ ਕਿਉਂ 5 ਸਾਲ ਰੋਪੜ ਸਾਹਿਬ ਜਿਨ੍ਹਾਂ ਨੇ ਐਗਰੀਮੈਂਟ ਕੀਤੇ ਜਿਹੜੇ ਅਫਸਰਾਂ ਦੇ ਥਰੂ ਹੋਏ ਜਿਹੜਾ ਹੁਣ ਤੱਕ ਇਹ ਸਭ ਕੁਝ ਲੋਡ ਆ ਜਿਹੜਾ ਲੋਕਾਂ ਤੇ ਪਿਆ ਤੁਸੀਂ ਉਹਨਾਂ ਅਫਸਰਾਂ ਤੇ ਕਾਰਵਾਈ ਕਰਨ ਜਾ ਰਹੇ ਹੋ ਉਹਨਾਂ ਪੋਲੀਟੀਸ਼ੀਅਨਸ ਤੇ ਕਾਰਵਾਈ ਕਰਨ ਜਾ ਰਹੇ ਹੋ ਉਹਨਾਂ ਲੋਕਾਂ ਨੂੰ ਜਿਹੜਾ ਵਾਪਸ ਆ ਜਿਹੜਾ ਬਿੱਲ ਉਹਨਾਂ ਤੋਂ ਵੱਧ ਲਿਆ ਵਾਪਸ ਕਰਨ ਜਾ ਰਹੇ ਹੋ ਰੋਪੜ ਸਾਹਿਬ 3 ਸਵਾਲ ਆ ਸਰ ਦੇਖੋ ਗੱਲ ਇੱਕ ਹੈ ਵੀ ਜਿੱਥੋਂ ਤੱਕ ਜਿਹੜੇ ਜਿਨ੍ਹਾਂ ਨੇ ਇਹ ਐਗਰੀਮੈਂਟ ਕੀਤੇ ਮੈਨੂੰ ਇਸ ਗੱਲ ਕਹਿਣ ਦੇ ਵਿੱਚ ਕੋਈ ਝਿਜਕ ਨਹੀਂ ਵੀ ਇਹ ਇੱਕ ਜਿਹੜਾ ਉਸ ਕਿਸਮ ਜਦੋਂ ਜਿਹੜੇ ਸੈਂਟਰਲ ਇਲੈਕਟ੍ਰੀਸਿਟੀ ਨੇ ਬਣਾਇਆ ਹੋਇਆ ਸੀ ਕ੍ਰਾਈਟੀਰੀਆ ਉਹਦੇ ਵਿੱਚ ਹੀ ਹੋਏ ਨੇ ਉਹਦੇ ਵਿੱਚ ਵੱਖਰੇ ਵੱਖਰੇ ਫਿਕਸ ਚਾਰਜਸ ਸੀਗੇ ਜਿਵੇਂ ਸਾਸਨ ਨੇ 17 ਪੈਸੇ ਦੇ ਉੱਤੇ ਕੀਤਾ ਜਿਹੜਾ ਫਿਕਸ ਚਾਰਜਸ ਸੀ ਅਸੀਂ 1 ਰੁਪਏ 1.5 ਰੁਪਏ ਤੋਂ ਵੀ ਉੱਪਰ 1 ਰੁਪਏ 70-72 ਪੈਸੇ ਦੇ ਫਿਕਸ ਚਾਰਜਸ ਲੈ ਗਏ ਪਰ ਉਹ ਸੀ ਵਿਦਨ ਰੂਲਸ ਹੀ ਮੈਂ ਇਸ ਗੱਲ ਕਰਕੇ ਜਿਹੜੀ ਤੁਸੀਂ ਜ਼ਿੰਮੇਵਾਰੀ ਦੀ ਗੱਲ ਕਰਦੇ ਹੋ ਇਹ ਬੜਾ ਮੈਂ ਤੁਹਾਨੂੰ ਕਹਿ ਕੇ ਕੰਪਲੀਕੇਟਡ ਜਿਹਾ ਇਸ਼ੂ ਆ ਉਹਦੇ ਵਿੱਚ ਜ਼ਿੰਮੇਵਾਰੀ ਕਿਵੇਂ ਕਰੋਗੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਉਹ ਉਸ ਟਾਈਮ ਫਰੇਮ 'ਚ ਕੀਤੇ ਸੀ ਉਹਨਾਂ ਨੇ ਪਰ ਉਹ ਇਸ ਕਰਕੇ ਇੱਕ ਪਾਸੜ ਸੀ ਵੀ ਜੇ ਉਹਨਾਂ ਦਿਨਾਂ ਦੇ ਵਿੱਚ ਹੀ ਗੁਜਰਾਤ 17 ਪੈਸੇ ਦੇ ਫਿਕਸ ਚਾਰਜਸ ਦੇ ਉੱਤੇ ਐਗਰੀਮੈਂਟ ਕਰ ਸਕਦਾ ਪਰ ਅਸੀਂ ਪੌਣੇ 2 ਰੁਪਏ ਦੇ ਉੱਤੇ ਕਿਉਂ ਕਰ ਰਹੇ ਕੀਤੇ ਇਹ ਸਭ ਤੋਂ ਵੱਡਾ ਮਾਮਲਾ ਇਹ ਸੀਗਾ ਔਰ ਉਹ ਜਿਹੜਾ ਹੈਗਾ ਉਹ ਹੁਣ ਅਸੀਂ ਜਿਹੜਾ ਹੈਗਾ ਇੱਕ ਪਾਵਰ ਪਲਾਂਟ ਨੂੰ ਤਾਂ ਆਲਰੇਡੀ ਜਿਹੜਾ ਹੈਗਾ ਕਹਿਤਾ ਵੀ ਉਹਦੇ ਤਾਂ ਜਿਹੜਾ ਹੈਗਾ ਹੋ ਜਾਣੇ ਕੈਂਸਲ ਹੋ ਜਾਣੇ ਨੇ ਠੀਕ ਹੈ ਤੇ ਬਾਕੀ ਅੰਡਰ ਰਿਵਿਊ ਨੇ ਰੋਪੜ ਸਾਹਿਬ ਇੱਕ ਸਵਾਲ ਦਾ ਜਵਾਬ ਦਿਓ ਫਿਰ ਮੈਂ ਬ੍ਰੇਕ ਲੈਣੀ ਹੈ ਕੋਈ ਮੁਕੱਦਮਾ ਦਰਜ ਕਰਨ ਜਾ ਰਹੇ ਹੋ ਤੁਸੀਂ ਇਸ ਮੁੱਦੇ ਤੇ ਜਦੋਂ ਕੇਪੀ ਜੀ ਜਾਂ ਤਾਂ ਫਿਰ ਮੈਨੂੰ ਗੱਲ ਸਮਝਾਉਣ ਦੇ ਵਿੱਚ ਮੇਰੇ ਚ ਕਿਤੇ ਨੁਕਸ ਰਹਿ ਗਿਆ ਮੈਨੂੰ ਨਹੀਂ ਸਮਝ ਆ ਰਹੀ ਸਰ ਮੈਨੂੰ ਨਹੀਂ ਸਮਝ ਆ ਰਹੀ ਸਰ ਮੈਂ ਸਮਝ ਨਹੀਂ ਤੁਹਾਨੂੰ ਤੁਸੀਂ ਮੈਂ ਉਹੀ ਗੱਲ ਕਹਿਣਾ ਵੀ ਸੈਂਟਰਲ ਇਲੈਕਟ੍ਰਿਸਿਟੀ ਅਥਾਰਟੀ ਦੀਆਂ ਗਾਈਡਲਾਈਨਸ ਦੇ ਵਿੱਚ ਹੀ ਹੋਏ ਸੀ ਹੋਏ ਚਲ ਪਰ ਉਹ ਗਾਈਡਲਾਈਨਸ ਨੂੰ ਮੇਰੀ ਗੱਲ ਪੂਰੀ ਹੋ ਲੈਣ ਦੋ ਫਿਰ ਦੁਬਾਰਾ ਜਿਹੜੀਆਂ ਉਹ ਗਾਈਡਲਾਈਨਸ ਅਸੀਂ ਕਿਹੜੀਆਂ ਅਡਾਪਟ ਕਰਨੀਆਂ ਸੀ ਮੈਂ ਤੁਹਾਨੂੰ ਪਹਿਲਾਂ ਕਿਹਾ ਫਿਕਸ ਚਾਰਜ ਦੇ ਉੱਤੇ ਜੇ 17 ਪੈਸੇ ਤੇ ਉਹਨਾਂ ਦਿਨਾਂ 'ਚ ਹੀ ਤਲਵੰਡੀ ਸਾਬੋ ਦੇ ਨਾਲ ਦੇ ਪਾਵਰ ਪਲਾਂਟ ਦਾ ਸਾਸਨ ਦਾ ਜਿਹੜਾ ਹੈਗਾ ਗੁਜਰਾਤ ਦੇ ਵਿੱਚ 17 ਪੈਸੇ ਪਰ ਯੂਨਿਟ ਦੇ ਉੱਤੇ ਹੋ ਸਕਦਾ ਹੈਗਾ ਫਿਕਸ ਚਾਰਜਸ ਦਿੱਤੇ ਜਾ ਸਕਦੇ ਆ ਤੇ ਬਿਜਲੀ ਲੋੜ ਮੁਤਾਬਕ ਅਸੀਂ ਲਵਾਂਗੇ ਉਹ ਕੀਤਾ ਜਾ ਸਕਦਾ ਇੱਥੇ ਅਸੀਂ 100% ਬਿਜਲੀ ਲੈਣ ਦਾ ਕਰਤਾ ਪਲੱਸ ਆਪਣਾ ਜਿਹੜਾ ਫਿਕਸ ਚਾਰਜ ਅਸੀਂ ਪਾਣਾ 2 ਰੁਪਏ ਤੋਂ ਕਰਦੇ ਦੂਜੀ ਗੱਲ ਹੁਣ ਮੈਨੂੰ ਇੱਕ ਗੱਲ ਕੰਪਲੀਟ ਕਰ ਲੈਣ ਦਿਓ ਜਿਹੜੀ ਤੁਸੀਂ ਗੱਲ ਕਰਦੇ ਹੋ ਜਿਹੜੇ ਦਰਜ ਕਰਨ ਦੀ ਗੱਲ ਇਹ ਵੀ ਵਿਚਾਰਿਆ ਜਾਊਗਾ ਇਹ ਦੇਖਿਆ ਜਾਊਗਾ ਜੇ ਕਾਨੂੰਨ ਅਲਾਓ ਕਰਦਾ ਹੋਊਗਾ ਤਾਂ ਬਿਲਕੁਲ ਕੀਤਾ ਜਾਊਗਾ ਜਦੋਂ ਤੁਸੀਂ ਕਹਿੰਦੇ ਆ ਅੱਖਾਂ ਮੀਚ ਕੇ ਇਹਨਾਂ ਨੇ ਕਰਾਰ ਕਰਤੇ ਇਉਂ ਲੱਗਦਾ ਤੁਸੀਂ ਪਿਛਲੀ ਸਰਕਾਰ ਨੂੰ ਬਰੀ ਕਰਦੇ ਪਿਓ ਰੋਪੜ ਸਾਹਿਬ
ਅਸੀਂ ਕਿਉਂ ਬਰੀ ਕਰਦੇ ਕਿਉਂਕਿ ਉਹ ਤਾਂ ਕਹਿੰਦੇ ਅੱਖਾਂ ਖੋਲ ਕੇ ਕੀਤੇ ਅਸੀਂ ਦੇਖੋ ਗੱਲ ਇੱਕ ਹੈ ਜੇ ਹੁਣ ਉਹ ਅੱਖਾਂ ਖੋਲ ਕੇ ਕਰਦੇ ਤਾਂ ਹੁਣ ਤੁਹਾਡੇ ਸਾਹਮਣੇ ਆ ਜਾਊਗਾ ਜਦੋਂ ਜਿਹੜੀ ਇਹ 24 ਘੰਟੇ ਬਿਜਲੀ ਦੀ ਸਪਲਾਈ ਦੀ ਇਹ ਬੈਠ ਕੇ ਇਹ ਗੱਲਾਂ ਕਰਦੇ ਨੇ ਨਹੀਂ ਦਿੱਤੀ ਜਾਣੀ ਗਰੰਟਡ ਹੈ ਬਿਜਲੀ ਦੀ ਕਰੰਟ 24 ਘੰਟੇ ਸਪਲਾਈ ਵੀ ਹੋਊਗੀ ਔਰ ਬਿਜਲੀ ਜਿਹੜੀ ਹੈਗੀ ਹੈ ਉਹ ਜਦੋਂ ਇਹ ਕਰਾਰ ਕੈਂਸਲ ਹੋਣੇ ਆ 18-18 ਰੁਪਏ ਪਰ ਯੂਨਿਟ ਵਾਲੇ ਤਾਂ ਜਿਹੜੀ ਸਸਤੀ ਵੀ ਹੋਊਗੀ ਚਲੋ ਇੱਕ ਛੋਟਾ ਜਿਹਾ ਬ੍ਰੇਕ ਲਊਂਗਾ ਬ੍ਰੇਕ ਤੋਂ ਵਾਪਸ ਆਵਾਂਗੇ ਪੀਪੀ ਅੱਗੇ ਕਿਹੜੀ ਪਾਵਰ ਚੱਲੇਗੀ ਸਵਾਲ ਬਹੁਤ ਸਾਰੇ ਆ ਇਹ ਕਿਵੇਂ ਰਿਵਿਊ ਕੀਤੇ ਜਾਣਗੇ ਕਿਵੇਂ ਇਹਨਾਂ ਨੂੰ ਰੱਦ ਕੀਤਾ ਜਾ ਸਕਦਾ ਬਹੁਤ ਸਾਰੇ ਸਵਾਲ ਹੈ ਕਿ ਵਿਧਾਨ ਸਭਾ ਦਾ ਇਜਲਾਸ ਸੱਦਣਾ ਚਾਹੀਦਾ ਕਿ ਕੋਰਟ ਵਿੱਚ ਪ੍ਰਾਈਵੇਟ ਕੰਪਨੀਆਂ ਚਲੀਆਂ ਜਾਣਗੀਆਂ ਬਹੁਤ ਸਾਰੇ ਸਵਾਲ ਤੁਹਾਡੇ ਅੱਗੇ ਖੜੇ ਆ ਇਹ ਸਿਰਫ ਇਕੱਲਾ ਬਿਆਨ ਹੀ ਤਾਂ ਨਹੀਂ ਹੈਗਾ ਵਾਪਸ ਆ ਰਿਹਾ ਬਿਜਲੀ ਸਮਝੌਤਾ ਦੇ ਮੁੱਖ ਮੰਤਰੀ ਦੇ ਪਾਵਰ ਕੌਮ ਨੂੰ ਹੁਕਮਾਂ ਨਾਲ ਅਸਲ 'ਚ ਕੀ ਹੋਵੇਗਾ ਡਾਕਟਰ ਗਰਗ ਸਰ ਬੜਾ ਸਟ੍ਰੇਟ ਕੁਸਚਨ ਹੈ ਕੁਸਚਨ ਇਹ ਹੈ ਕਿ ਜਿਹੜਾ ਪਾਵਰ ਕੌਮ ਨੂੰ ਆਰਡਰ ਕੀਤੇ ਗਏ ਆ ਘੋਖਣ ਦੇ ਜਾਂ ਰੱਦ ਕਰਨ ਦੇ ਇਹ ਪਾਵਰ ਕੌਮ ਸਰ ਆਪਦੇ ਪੱਧਰ ਤੇ ਇਹ ਸਭ ਕੁਝ ਕਰ ਸਕਦੀ ਹੈ ਡਾਟਾ ਕਰਕੇ ਇਹ ਥੋੜਾ ਕਲੀਅਰ ਕਰ ਦਿਓ ਸਰ ਮੈਨੂੰ ਦੇਖੋ ਜਿਸ ਤਰ੍ਹਾਂ ਸਵਾਲ ਹੈ ਪਾਵਰ ਕੌਮ ਨੇ ਹੀ ਸਮਝੌਤੇ ਕਰੇ ਨੇ ਬੇਸਿਕਲੀ ਠੀਕ ਹੈ ਤੇ ਪਾਵਰ ਕੌਮ ਨੇ ਹੀ ਰੱਦ ਕਰਨੇ ਕਿਉਂਕਿ ਪਾਰਟੀ ਪਾਵਰ ਕੌਮ ਹੈ ਨਾਲ ਉਹਦੇ ਵਿੱਚ ਉਹ ਇਲੈਕਟ੍ਰੀਸਿਟੀ ਅਥਾਰਟੀ ਨੂੰ ਬਣਾ ਲੈਂਦੇ ਨੇ ਆ ਪਿੱਛੇ 2018 ਚ ਇੱਕ ਫੈਸਲਾ ਵੀ ਹੋਇਆ ਜਿਹਦੇ ਵਿੱਚ ਰਾਜਪੁਰਾ ਵਾਲਾ ਜਿਹੜਾ ਥਰਮਲ ਪਲਾਂਟ ਸੀ ਯਾਨੀ ਕਿ ਨਾਭਾ ਪਾਵਰ ਲਿਮਿਟਡ ਵਾਲਿਆਂ ਨੇ ਇਹ ਇਲੈਕਟ੍ਰੀਸਿਟੀ ਰੈਗੂਲੇਟਰੀ ਅਥਾਰਟੀ ਨੇ ਉਹਦੇ ਅਗੇਂਸਟ ਫੈਸਲਾ ਕਰਿਆ ਸੀ ਸੁਪਰੀਮ ਕੋਰਟ 'ਚ ਗਏ ਸੀ ਅਤੇ ਉੱਥੇ ਸੁਪਰੀਮ ਕੋਰਟ ਨੇ ਵੀ ਉਹਨਾਂ ਦੀ ਅਪੀਲ ਰੱਦ ਕਰੀ ਹੈ ਅਤੇ ਉਹ ਪੀ ਐੱਸ ਪੀ ਐੱਲ ਦੇ ਅਗੇਂਸਟ ਹੀ ਸੀ ਅਪੀਲ ਦੇ ਨਾਲ ਇਲੈਕਟ੍ਰੀਸਿਟੀ ਅਥਾਰਟੀ ਦੇ ਸੋ ਉਹ ਰੱਦ ਵੀ ਕਰ ਸਕਦੇ ਨੇ ਪਰ ਸਵਾਲ ਇਹ ਹੈ ਕਿ ਵੀ ਹੁਣ ਜਿਹੜੀ ਵੱਡੀ ਗੱਲ ਸਾਨੂੰ ਸੋਚਣ ਦੀ ਲੋੜ ਹੈ ਕਿ ਇਸ ਵੇਲੇ 6 ਮਹੀਨੇ ਰਹਿ ਗਏ ਇੱਕ ਵੀ ਗੱਲ ਜਿੰਨੇ ਵੀ ਇਸ਼ੂ ਸੀਗੇ ਜਿਹਦੇ 'ਚ ਸਾਡਾ ਫਾਈਨੈਂਸ ਲੌਸ ਹੋ ਰਿਹਾ ਸੀ ਉਹ ਜਿਹੜਾ ਸਾਡਾ ਵਿੱਤੀ ਲੌਸ ਹੋ ਰਿਹਾ ਸੀ 4.5 ਤੁਸੀਂ ਲੌਸ ਕਰੀ ਗਏ ਵੀ ਅਸੀਂ ਕਰਾਂਗੇ ਹੁਣ ਤੁਸੀਂ ਮੌਜ ਕੱਢ ਕੇ ਭੱਜ ਲਏ ਹੁਣ 6 ਮਹੀਨਿਆਂ 'ਚ ਕੀ ਹੋਊਗਾ ਪਹਿਲੀ ਗੱਲ ਮੈਨੂੰ ਡਾਊਟ ਹੈ ਵੀ ਜਦ ਰੱਦ ਕਰਨਗੇ ਪਹਿਲੀ ਗੱਲ ਉਹ ਪਤਾ ਨਹੀਂ ਕਿੰਨੀ ਕਾਹਲੀ 'ਚ ਕੋਈ ਨੋਟਿਸ ਦੇਣਗੇ ਨਹੀਂ ਦੇਣਗੇ ਕੁਛ ਅੱਜ ਕੱਲ੍ਹ ਸਾਨੂੰ ਪਤਾ ਬਿਊਰੋਕ੍ਰੇਸੀ ਜਿੰਨਾ ਜਿੱਦਾਂ ਦਾ ਕੰਮ ਕਰਦੀ ਹੈ ਸਰਕਾਰ ਬਹੁਤ ਹੀ ਬਿਊਰੋਕ੍ਰੇਸੀ ਡਿਪੈਂਡੈਂਟ ਹੈ ਉਹਨਾਂ 'ਚ ਆ ਕੇ ਸਟੇਟ ਆ ਜਾਣੀ ਹੈ ਕਿ ਜੀ ਇਹ ਸਾਡੇ ਤਾਂ ਅਗੇਂਸਟ ਹੈ ਸੋ ਇਸ ਕਰਕੇ ਜਿਸ ਤਰੀਕੇ ਦੇ ਨਾਲ ਜਦ ਇਹਨਾਂ ਕੋਲ ਸਮਾਂ ਸੀ ਜੇ ਇਹਨਾਂ ਨੂੰ ਲੱਗਦਾ ਗਲਤ ਸੀ ਮੰਨ ਲਓ ਹੁਣ ਰੋਪੜ ਸਾਹਿਬ ਨੇ ਕਿਹਾ ਕਿ ਜੋ ਵਿਦ ਇਨ ਫਰੇਮਵਰਕ ਨੇ ਮੈਂ ਕਹਿੰਦਾ ਵਿਦ ਇਨ ਫਰੇਮਵਰਕ ਨਹੀਂ ਹੈਗੇ ਕਿਉਂ ਉਹ ਗਾਈਡਲਾਈਨ ਸੀਗੀਆਂ ਤੁਸੀਂ ਗਾਈਡਲਾਈਨ ਦੇ ਵਿੱਚੋਂ ਜਦ ਨੈਗੋਸ਼ੀਏਟ ਕਰਨਾ ਉਹਨੇ ਇਹ ਵੀ ਕਿਹਾ ਵੀ ਤੁਸੀਂ ਇਸ ਰੇਟ 'ਤੇ ਨੈਗੋਸ਼ੀਏਟ ਕਰੋ ਜਦ ਤੁਸੀਂ ਇੱਕ ਵਾਰੀ ਕਹਿ ਦਿੰਦੇ ਵਿਦ ਇਨ ਗਾਈਡਲਾਈਨ ਹੈ ਤਾਂ ਇਹਦਾ ਮਤਲਬ ਉਹਦਾ ਬਹੁਤ ਕੁਛ ਜਸਟੀਫਾਈ ਹੋ ਗਿਆ ਗਾਈਡਲਾਈਨ ਬਿਲਕੁਲ ਇੱਕ ਓਪਨ ਲੈਟਰ ਸੀ ਸਾਰੀਆਂ ਗਾਈਡਲਾਈਨ ਪਈਆਂ ਨੇ ਨੈੱਟ 'ਤੇ ਪੜ੍ਹੀਆਂ ਜਾ ਸਕਦੀਆਂ ਨੇ ਇਸ ਸਰਕਾਰ ਦੀ ਇਹ ਗਲਤੀ ਹੈ ਪਹਿਲੀ ਗੱਲ ਇਹ ਜਿਹੜੇ ਸਾਰੇ ਐਗਰੀਮੈਂਟ ਨੇ ਇਹ ਪਬਲਿਕ ਕਰ ਦੇਣੇ ਚਾਹੀਦੇ ਆਹ ਪੈ ਨੇ ਜੀ ਜਿਸ ਕਿਸੇ ਨੂੰ ਇਹਦੇ 'ਚ ਰਾਏ ਬਣਦੀ ਹੈ ਜੋ ਕੁਛ ਦੱਸਿਆ ਜਾ ਸਕਦਾ ਉਹ ਦੱਸੇ ਉਹ ਨਹੀਂ ਕਰਿਆ ਪਤਾ ਨਹੀਂ ਕਿੰਨੇ ਸਿਆਣੇ ਵਕੀਲ ਬੈਠੇ ਹੋਣਗੇ ਕੋਈ ਨਾ ਕੋਈ ਰਾਏ ਤਾਂ ਦਿੰਦੇ ਇਹਨਾਂ ਦੇ ਅਤਰਨਦਾਜੀ ਨੇ ਕਹਿਤਾ ਵੀ ਤੁਸੀਂ ਕਰ ਨਹੀਂ ਸਕਦੇ ਲਾ ਲਓ ਜ਼ੋਰ ਜਿਹੜਾ ਲਾਣਾ ਜੇ ਉਹਨਾਂ ਨੇ ਕਹਿਤਾ ਐਡਵੋਕੇਟ ਜਨਰਲ ਨੇ ਵੀ ਕਰ ਨਹੀਂ ਸਕਦੇ ਕੈਪਟਨ ਸਾਹਿਬ ਨੇ ਕਹਿਤਾ ਨਹੀਂ ਨਹੀਂ ਇਹ ਤਲਵੰਡੀ ਸਾਹਿਬ ਵਾਲਾ ਤਾਂ ਅਸੀਂ ਰੱਦ ਇਹ ਕਹਿ ਕੇ ਕਰ ਦੇਣਾ ਕਿ ਤੁਸੀਂ ਸਾਨੂੰ ਸਮੇਂ 'ਤੇ ਬਿਜਲੀ ਨਹੀਂ ਸਪਲਾਈ ਕਰੀ ਕਿਤੇ ਉਹਦੇ 'ਚ ਲਿਖਿਆ ਵੀ ਤੁਸੀਂ ਇੰਨੀ ਬਿਜਲੀ ਸਪਲਾਈ ਜ਼ਰੂਰ ਕਰੋਗੇ ਜਿੱਦੇ ਅਸੀਂ ਮੰਗਾਂਗੇ ਮੈਂ ਤਾਂ ਜਿਹੜਾ ਪੜ੍ਹ ਰਿਹਾ ਸੀ ਜਿਹੜਾ ਉਹਨੇ ਨਾਭੇ ਵਾਲਿਆਂ ਨੇ ਵੀ ਕਰਿਆ ਬਲਕਿ ਉਹਨਾਂ ਨੇ ਉਲਟ ਕਰਿਆ ਕਿ ਜੇ ਅਸੀਂ 85% ਲੋਡ 'ਤੇ ਚਲਾਉਣਾ ਸੀ ਇਹ ਸਾਤੋਂ ਘੱਟ 'ਤੇ ਚਲਾਉਂਦੇ ਨੇ ਸਾਨੂੰ ਘਾਟਾ ਬੜਾ ਪੈਂਦਾ ਅਤੇ ਸਾਨੂੰ ਇਹ ਪੈਸੇ ਦੇਣ ਜੇ ਘੱਟ 'ਤੇ ਚਲਵਾਉਂਦੇ ਨੇ ਸੋ ਇਸ ਕਰਕੇ ਇਹੋ ਜਿਹੇ ਪਰ ਇੱਕ ਗੱਲ ਪੱਕੀ ਹੈ ਰੋਪੜ ਸਾਹਿਬ ਨੇ ਵੀ ਇਹ ਠੀਕ ਕਿਹਾ ਕਿ ਜਦ ਤੁਸੀਂ ਉਸ ਨੂੰ ਡਿਟੇਲ 'ਚ ਪੜ੍ਹਦੇ ਹੋ ਡਿਟੇਲ 'ਚ ਪੜ੍ਹਦੇ ਹੋਏ ਤੁਹਾਨੂੰ ਇਹ ਦੋ ਗੱਲਾਂ ਪਤਾ ਲੱਗ ਜਾਂਦੀਆਂ ਨੇ ਇੱਕ ਤਾਂ ਉਹਦੇ 'ਚ ਵੀਕ ਪੁਆਇੰਟ ਕੋਈ ਐਗਰੀਮੈਂਟ ਚੁੱਕ ਲਓ ਉਹ ਤੁਹਾਡੇ ਹੱਕ ਦੇ ਵੀਕ ਪੁਆਇੰਟ ਲੱਭੇ ਆਉਂਦੇ ਨੇ ਤੁਸੀਂ ਉਹਨਾਂ ਨੂੰ ਫੜਨਾ ਹੁੰਦਾ ਦੂਜਾ ਇਹ ਹੈ ਵੀ ਜਿਹੜਾ ਇਹ ਫਰੇਮਵਰਕ ਕਹਿਣ ਦਾ ਕੋਈ ਫਾਇਦਾ ਨਹੀਂ ਜੇ ਮੇਰਾ ਗੁਆਂਢੀ 10 ਪੈਸੇ 'ਚ ਉਹੀ ਚੀਜ਼ ਲੈਂਦਾ ਹੈ ਅਤੇ ਮੈਂ 1 ਰੁਪਏ 'ਚ ਖਰੀਦਾਂ ਤਾਂ ਕਿਤੇ ਨਾ ਕਿਤੇ ਤਾਂ ਗਲਤੀ ਹੈਗੀ ਹੈ ਉਹਨੂੰ ਮੈਂ ਕਹੀ ਜਾਵਾਂ ਨਹੀਂ ਜੀ ਮੈਂ ਟੈਂਡਰ ਕਾਲ ਕਰਿਆ ਸੀ ਜੀ ਮੈਂ ਫਲਾਣਾ ਕਰਿਆ ਸੀ ਜੀ ਫਲਾਣੀ ਚਿੱਠੀ ਦੇਖੀ ਸੀ ਉਹਦਾ ਕੋਈ ਮੀਨਿੰਗ ਨਹੀਂ ਹੈ ਸੋ ਇਸ ਕਰਕੇ ਪੀ ਐੱਸ ਪੀ ਐੱਲ ਕੋਲ ਹੈਗਾ ਅਧਿਕਾਰ ਉਹ ਕਰ ਸਕਦੀ ਹੈ ਜੇ ਉਹ ਪਰ ਕਰੂਗੀ ਜਿਸ ਤਰੀਕੇ ਨਾਲ ਸਾਰਾ ਅੱਜ ਕੱਲ੍ਹ ਦਾ ਬਾਬਾ ਦਾ ਨਿਰਾਲਾ ਚੱਲ ਰਿਹਾ ਇਹ 6 ਮਹੀਨਾ ਵਾਲੇ ਇੱਕ ਤਾਂ ਇਹ ਕਰ ਰਹੇ ਨੇ ਜਿੰਨਾ ਮਰਜ਼ੀ ਜ਼ੋਰ ਲਾ ਨਾ ਲੋਕਾਂ ਨੇ ਮੰਨਣਾ ਹੀ ਨਹੀਂ ਲੋਕ ਤਾਂ ਇਹ ਕਹੀ ਜਾਂਦੇ ਵੀ ਸਾਰਾ ਡਰਾਮਾ ਕਰ ਰਹੇ ਨੇ ਠੀਕ ਜਿਹੜੀ ਗੱਲ ਦੂਜਾ ਉਹਦੇ 'ਚ ਇੱਕ ਵਾਰ ਮੈਂ ਇੱਕ ਲਾਈਨ 'ਚ ਕਹਿਣਾ ਦੂਜਾ ਇਹ ਗਲਤੀਆਂ ਹੋਣ ਦੇ ਇੰਨੇ ਡਰ ਨੇ ਇਹਦੇ 'ਚ ਐਡੀ ਕਾਹਲੀ 'ਚ ਇਹ ਜਾ ਕੇ ਸਟੇ ਹੋ ਜਾਂਦੀ ਡਾਟਾ ਕਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਸਰ ਮੇਰਾ ਸਵਾਲ ਇਹੀ ਹੈ ਜੇ ਪਾਵਰ ਕੌਮ ਉਹਨਾਂ ਨੂੰ ਰੱਦ ਕਰਦੀ ਹੈ ਜਿਵੇਂ ਮੁੱਖ ਮੰਤਰੀ ਨੇ ਹੁਕਮ ਦਿੱਤੇ ਆ ਜੇ ਰੱਦ ਕਰਦੀ ਹੈ ਉਹ ਅਦਾਲਤ ਚਲੇ ਜਾਣਗੇ ਅਦਾਲਤ ਤੋਂ ਤੁਹਾਨੂੰ ਲੱਗਦਾ ਵੀ ਸਟੇ ਮਿਲ ਜੂਗਾ ਸਰ ਵਿਧਾਨ ਸਭਾ ਦਾ ਇਜਲਾਸ ਸੱਦ ਕੇ 2/3 ਬਹੁਮਤ ਨਾਲ ਇਹਨਾਂ ਨੂੰ ਰੱਦ ਕੀਤਾ ਜਾ ਸਕਦਾ ਇਹ ਆਪਸ਼ਨ ਹੈ ਸਰਕਾਰ ਕੋਲ ਜਾਂ ਨਹੀਂ
सर जेड़ा रद्द करन दा पहला इन्हां नूं होमवर्क तां करना ही पऊगा, 4.5 साल तां होमवर्क नहीं करिया। तुसीं चाहे विधानसभा च वी रद्द करवाउणा, मुअज्जज MLA उत्थे बैठे ने जिहड़े साडे पावर मिनिस्टर ने, उत्थे पेश करनगे मता मता पेश करन वाले, इह तां कहना पऊगा वी आह देखो जी आह अग्रीमेंट है, इहदे च आह कलॉज ने जिन्हां दे अनुसार असीं साडे उल्ट वी ने, ते आह हैगे ने इहदे च लूप होल जिहदे अनुसार असीं रद्द कर सकदे हां। पर जे उहनां कोल पावर ही नहीं है रद्द करन दी, असैम्बली कर दिंदी है रद्द, फिर वी कुट जाणगे उह। असैम्बली वो चीज जिहड़ी कमिटमेंट है, कल नूं इह सरकार आ जिहड़ी हुण कैप्टन साहब दी सरकार है, इह जमीन वेच दे पावरकॉम नूं कह के जां विधानसभा दा इजलास सद के जे अदालत वालों स्टे मिलदी है तां अगला राह की होऊगा? कलेर साहब KP जी देखो, सब तो पहली गल इह हैगी है कि जो अज कांग्रेस की सरकार कर रही है ये सिर्फ एक ड्रामेबाजी दे विच पए ने, इहदे प्रति ये संजीदा नहीं। और मैं एक गल कांग्रेस नूं पुछनी चाहुंदा कि 4.5 साल तो कांग्रेस का राज है, 3 वारी उहदे विच उह प्लांटां नूं जिहड़ा एक सल्फ्यूर वास्ते उन्होंने सल्फर कंट्रोल करन वास्ते गैजेट्स लाउणे सी उहदा वधाउण दा दे चुके ने, जे कैंसल करने हुंदे कल्ले उसे ग्राउंड ते कैंसल हो सकदे सी। और हुण अगे आ जाओ, ये रोपड़ साहब बड़ी गल कहिंदे ने कि जी बहुत महंगे करते, मैं तां अज वी कहिंदा कि सारे सूबियां दी चक लो, राय जानना चाहना, जे स्टे मिल जाता है प्राइवेट कंपनियां नूं तां सरकार कोले कोई राह है या नहीं? तुसीं ड्रामा कह लो जो मर्जी कह लो, सर तुहानूं कौन मना कर रहा है? KP जी गल स्टे दी है कि गल सस्ती बिजली देण दी है, तुसीं क्यों बाइफरकेट कर रहे हो, तुसीं स्टे ते क्यों जा रहे हो? गल इह हैगी है कि जदों ऐसे पावर प्लांट्स तों लै के श्रोमणी अकाली दल 5 रुपए बिजली दे रहा सी तां सरकार क्यों नहीं दे सकदी? उहदे कारण ने, हुण अज ते इहनां ने टैक्स किन्ने लाए ने KP जी, 12% तां इलैक्ट्रिसिटी ड्यूटी ला रहे ने, 2% म्यूनसिपल टैक्स ला रहे ने, 5% इंफ्रास्ट्रक्चर डिवेलपमेंट टैक्स ला रहे ने, काओ सेस ला रहे, फिक्स चार्ज दी जिहड़ी तुसीं गल करदे हो ਇਹਨਾਂ ਨੇ ਹੁਣ ਤੱਕ ਤੁਸੀਂ ਬਲੀਵ ਨਹੀਂ ਕਰਨਾ 5 ਸਾਲਾਂ ਚ 7000 ਕਰੋੜ ਰੁਪਿਆ ਸਰਕਾਰੀ ਥਰਮਲਾਂ ਨੂੰ ਫਿਕਸ ਚਾਰਜ ਦਿੱਤਾ 5 ਸਾਲਾਂ ਚ, ਔਰ ਪ੍ਰਾਈਵੇਟ ਥਰਮਲ ਨੂੰ ਦੇਣਾ ਸੀ 1.5 ਰੁਪਏ ਦੇ ਹਿਸਾਬ ਨਾਲ, ਸਰਕਾਰੀ ਨੂੰ ਦੇ ਰਹੇ ਨੇ 2.35 ਰੁਪਏ ਦੇ ਹਿਸਾਬ ਨਾਲ। ਚਲੋ ਮੈਂ ਫੇਰ ਦੁਬਾਰਾ ਕਹਿਣਾ ਕਿ ਸਟੇ ਤੱਕ ਨੌਬਤ ਕਿਉਂ ਜਾਣ ਦਿੰਦੇ ਨੇ ਜਿਹੜੀ ਚੀਜ਼ ਇਹਨਾਂ ਦੇ ਹੱਥ ਚਲੋ ਦੇ ਵਿੱਚ ਹੈ? ਕਲੀਅਰ ਸਾਹਿਬ, ਕਲੀਅਰ ਸਾਹਿਬ, ਰੈਗੂਲੇਟ ਕਰਨ, ਠੀਕ, ਇਹਨਾਂ ਨੇ ਨਾ ਤਾਂ ਕੋਈ ਮੈਗਾਵਾਟ ਬਿਜਲੀ ਵਧਾਈ ਹੈ, ਚਲੋ ਠੀਕ ਠੀਕ, ਉਹਨੇ ਦੇ ਵਿੱਚ ਹੀ ਚਲੋ ਇਹ ਲੁੱਟਣ ਤੇ ਲੋਕਾਂ ਨੂੰ ਲੱਗੇ ਹੋਏ। ਚਲੋ ਅਹਿਬਾਬ ਸਿੰਘ ਗਰੇਵਾਲ, ਸਵਾਲ ਇਹ ਹੈ ਅਰਸ਼ਦੀਪ ਕਲੀਅਰ ਜਿਹੜੇ ਗੱਲ ਦਾ ਜਵਾਬ, ਕਹਿੰਦੇ ਸਟੇਜ ਤੱਕ ਕਿਉਂ ਜਾਂਦੇ ਹੋ, ਸਸਤੀ ਬਿਜਲੀ ਤੱਕ ਜਾਣਾ ਚਾਹੀਦਾ, ਜਿਹੜੇ ਇਹਨਾਂ ਨੇ ਫਿਕਸ ਚਾਰਜਸ ਦੱਸੇ ਹੈ, ਮਿਸਪਲ ਦੇ ਚਾਰਜਸ ਦੱਸੇ ਹੈ, ਹੋਰ ਜਿਹੜੇ ਸੈੱਸ ਲੱਗੇ ਹੋਏ ਉਹਨਾਂ ਦੀ ਗੱਲ ਕਰ ਲਈ ਹੈ, ਇਹਦਾ ਮਤਲਬ ਟੈਕਸ ਕਰਕੇ ਇਹ ਮਹਿੰਗੀ ਬਿਜਲੀ ਮਿਲਦੀ ਪਈ ਹੈ, PPA ਦਾ ਕੋਈ ਕਸੂਰ ਹੀ ਹੈ ਨਹੀਂ ਗਾ ਬਾਬ ਜੀ? KP ਜੀ ਗੱਲ ਪਤਾ ਕੀ ਹੈ, ਦੇਖੋ ਐਕਚੁਅਲੀ ਆਪਾਂ ਟੈਕਨੀਕੈਲਿਟੀ 'ਚ ਨਾ ਜਾਈਏ, ਐਕਚੁਅਲੀ ਹੋਇਆ ਇਹ ਹੈ ਕਿ ਪ੍ਰਾਈਵੇਟ ਪਲੇਅਰਸ ਦੇ ਮੂਹਰੇ ਆਪਣਾ ਜਿਹੜਾ ਸਰਕਾਰੀ ਜਿਹੜਾ ਢਾਂਚਾ ਸੀ ਪਾਵਰ ਦਾ, ਇੰਨਾ ਜਿਹੜਾ ਇੰਪੋਰਟੈਂਟ ਸੀ ਸਟੇਟ ਲਈ, ਅੱਜ ਆਪਣੇ ਸਟੇਟ ਦੇ ਸਰਕਾਰੀ ਦੋਵੇਂ ਥਰਮਲ ਪਲਾਂਟ ਬੰਦ ਪਏ ਨੇ, ਉਹਨਾਂ ਨੂੰ ਜਾਣ ਕੇ ਬੰਦ ਕੀਤਾ ਗਿਆ। ਜਿਹੜੇ ਵੀ ਐਗਰੀਮੈਂਟ ਕੀਤੇ ਗਏ ਉਹ ਇਸ ਪ੍ਰਕਾਰ ਨਾਲ ਕੀਤੇ ਗਏ ਕਿ ਉਹ ਹੌਲੀ 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 ਉਹਦਾ ਰੇਟ ਵੱਧਦਾ ਹੀ ਜਾਣਾ ਸੀਗਾ। ਅਕਾਲੀ ਸਰਕਾਰ ਨੂੰ ਪਤਾ ਸੀਗਾ ਕਿ ਅਸੀਂ ਜੋ ਕਰ ਚੱਲੇ ਹਾਂ ਅਸੀਂ ਕੰਡੇ ਬੀਜ ਚੱਲੇ ਹਾਂ। 4.5 ਸਾਲ ਜਿਹੜੇ ਵੀ ਇਹਨਾਂ ਦੀ ਮਿਲੀ ਭੁਗਤ ਸੀ, ਮੈਂ ਅਕਿਊਜ਼ ਨਹੀਂ ਕਰੂੰਗਾ ਕਿਸੇ ਨੂੰ, ਪਰ ਕਿਸੇ ਨੂੰ ਤਾਂ ਫਾਇਦਾ ਹੋ ਰਿਹਾ ਸੀ ਤੇ ਕਿਸੇ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰਾਂ ਬਿਲਕੁਲ ਚੁੱਪ ਰਹੀਆਂ। ਲੋਕਾਂ ਦੀ ਜੇਬ ਚੋਂ ਕੱਟ ਕੇ ਪ੍ਰਾਈਵੇਟ ਪਲੇਅਰਸ ਦੀ ਜੇਬ ਚ ਗਿਆ ਤੇ ਉਹਦੇ ਲਈ ਕਿਹਦੇ ਕਿਹਦੇ ਢਿੱਡ ਭਰੇ ਜਾਂਦੇ ਆਪਾਂ ਸਭ ਜਾਣਦੇ ਹਾਂ। ਐਕਚੁਅਲ ਗੱਲ ਇਹ ਹੈ ਕਿ ਪੰਜਾਬ ਦਾ ਜਿਹੜਾ ਪਾਵਰ ਇਨਫਰਾਸਟ੍ਰਕਚਰ ਹੈ ਉਹਨੂੰ ਤਬਾਹ ਕੀਤਾ ਗਿਆ। ਮੈਂ ਤੁਸੀਂ ਯਕੀਨ ਮੰਨੋਗੇ 19 ਘੰਟੇ ਲਾਈਟ ਗਈ ਰਹੀ ਹੈ ਸਾਡੇ 19 ਘੰਟੇ। ਜਦੋਂ ਕੰਪਲੇਂਟ ਵਾਲੇ ਮੁੰਡੇ ਆਏ ਉਹ ਕਹਿੰਦੇ ਜੀ ਸਾਨੂੰ ਤਨਖਾਹਾਂ ਨਹੀਂ ਮਿਲੀਆਂ, ਸਾਨੂੰ ਸਾਡੇ ਕੋਲ ਤਾਂ ਪੌੜੀ ਵਾਲਾ ਗੱਡੀ ਲਾ ਕੇ ਖੜਾ, ਉਹਦੇ ਕੋਲ ਗੱਡੀ 'ਚ ਤੇਲ ਪਵਾਉਣ ਨੂੰ ਪੈਸੇ ਹੈ ਨਹੀਂ, ਇੰਨੀ ਪੈਸੇ ਲੈਣ ਦੇ ਬਾਵਜੂਦ ਵੀ ਇਹਨਾਂ ਕੋਲ ਇਹ ਨਹੀਂ ਹੈਗਾ ਕਿ ਘੱਟੋ ਘੱਟ ਇਨਫਰਾਸਟ੍ਰਕਚਰ ਤਾਂ ਜ਼ਿਆਦਾ ਦੇ ਦਿਓ। ਸੋ ਕਿਤੇ ਤਾਂ ਗਲਤੀ ਹੋਈ ਹੈ। 4.5 ਸਾਲ ਬਾਅਦ ਕੈਪਟਨ ਸਾਹਿਬ ਨੇ ਜਿਵੇਂ ਸਿੱਧੂ ਸਾਹਿਬ ਕਹਿੰਦੇ ਚਿੜੀ ਛੱਡਤੀ, ਉਹ 'ਚੋਂ ਫਾਇਦਾ ਕੋਈ ਨਹੀਂ ਹੋਣਾ, ਨੁਕਸਾਨ ਇਹਨਾਂ ਨੇ ਕਰਤਾ, ਅਕਾਲੀਆਂ ਨੇ ਜੋ ਕੀਤਾ ਸੀ ਕਾਂਗਰਸ ਨੇ ਫੋਲੋ ਆਨ ਕੀਤਾ। ਨਹੀਂ, ਇਹ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਡਿਸੀਜਨ ਹੈ ਇਹ ਤੁਹਾਨੂੰ ਠੀਕ ਨਹੀਂ ਲੱਗਿਆਗਾ? ਸਰ ਮੈਂ ਕਹਿੰਦਾ ਕਰੋ ਜੀ ਸਦਕੇ ਕਰੋ, ਪਰ ਕਰੋ ਤਾਂ ਸਹੀ, ਇੱਕ ਟਵੀਟ ਕਰਨ ਨਾਲ ਸਰ ਹੁੰਦਾ ਨਹੀਂ। ਤੁਸੀਂ ਲਾਲ ਫੀਤਾ ਸ਼ਾਹੀ ਜਾਣਦੇ ਹੋ ਪੰਜਾਬ ਦੀ,
ਅੱਜ ਉਹਨਾਂ ਨੇ ਕਿਹਾ ਕਿ ਕੱਲ ਆਪਣੇ ਪਾਵਰ ਸੈਕਟਰੀ ਨੂੰ ਕਹਿਣਗੇ 3 ਮਹੀਨੇ ਉਹਨਾਂ ਨੇ ਆ ਰਿਪੋਰਟ ਬਣਾਉਣ ਨੂੰ ਲਾ ਦੇਣੇ, ਮੈਂ ਤਾਂ ਹੁਣ ਲਿਖਾ ਲਓ ਇਲੈਕਸ਼ਨ ਤੋਂ 15 ਦਿਨ ਪਹਿਲਾਂ ਜੇ ਕਰਨਗੇ ਤਾਂ ਕਰਨਗੇ, ਵੈਸੇ ਨਹੀਂ ਕਰਦੇ ਇਹ, ਨਹੀਂ ਹੁੰਦਾ। ਜਦੋਂ ਇੱਕ ਪਾਕਟਸ ਲਾਈਨ ਹੋਈਆਂ ਹੋਣ ਕਿਸੇ ਦਾ ਨੁਕਸਾਨ ਕਿਵੇਂ ਹੋ ਜਾਊਗਾ ਜੀ? ਚਲ ਸੁਦੇਸ਼ ਰੋਪੜ, ਇਹ ਕਮਿਸ਼ਨ ਖਾਣ ਵਾਲਾ ਜਿਹੜਾ ਇਲਜ਼ਾਮ ਤੁਹਾਡੇ ਤੇ ਲੱਗਦਾ ਪਿਆ, ਆਮ ਆਦਮੀ ਪਾਰਟੀ ਬਹੁਤ ਵੱਡੇ ਪੱਧਰ ਤੇ ਇਲਜ਼ਾਮ ਲਾ ਰਹੀ ਹੈ, ਇਹਦਾ ਜਵਾਬ ਕੋਈ ਦੇ ਸਕਦੇ ਤੁਸੀਂ ਰੋਪੜ ਸਾਹਿਬ? ਤੁਸੀਂ ਕਿਉਂਕਿ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਨੂੰ, ਰੋਪੜ ਸਾਹਿਬ ਜੇ ਤੁਸੀਂ ਅੱਜ ਇਮਾਨਦਾਰ ਨਾਲ ਜਵਾਬ ਦੇ ਦਿਓ ਨਾ, ਪੂਰਾ ਪੂਰਾ ਪੰਜਾਬ ਤੁਹਾਨੂੰ ਵਾਹ ਵਾਹ ਕਰੂਗਾ ਤੁਹਾਡੀ। ਮੈਂ ਕਹਿੰਦਾ ਕੇਪੀ ਜੀ ਤੁਸੀਂ ਇਮਾਨਦਾਰੀ ਨੂੰ ਮੰਨ ਲਓ ਤਾਂ ਮੈਂ ਤੁਹਾਨੂੰ ਸਾਰਾ ਪੰਜਾਬ ਵਾਹ ਵਾਹ ਕਰੂਗਾ, ਪਰ ਮੰਨਣਾ ਨਹੀਂ ਕਿਸੇ ਨੇ। ਮੈਂ ਕਹਿੰਦਾ ਇੱਕ ਪੈਸਾ ਜੇ ਇਸ ਕਮਿਸ਼ਨ ਜਿਹੜੇ ਲਾਉਣ ਵੇਲੇ ਲਵਾ ਕੇ ਲੈ ਗਏ, ਕਮਿਸ਼ਨ ਲੈ ਗਏ ਉਦੋਂ ਜੋ ਕਾਚੇ ਮਾਚੇ ਹੋਏ ਸਾਰਿਆਂ ਨੂੰ ਪਤਾ ਵੀ ਜੇ ਨਾਭਾ ਪਾਵਰ ਪਲਾਂਟ ਕੋਲੇ ਕੋਲ ਲਿੰਕੇਜ ਨਹੀਂ ਸੀ, 4 ਸਾਲ 300 ਸਾਢੇ 300 ਟਿੱਪਰ ਇੱਕ ਪਾਰਟਿਕੂਲਰ ਬੰਦੇ ਦੇ ਜਾਂਦੇ ਰਹੇ, ਗੋਬਿੰਦਗੜ੍ਹ ਤੋਂ ਕੋਲਾ ਢੋਂਦੇ ਰਹੇ, ਔਰ ਉਹ 4 ਸਾਢੇ 4 ਸਾਲ ਉਹਨਾਂ ਨੇ ਕੋਈ ਟੈਂਡਰਿੰਗ ਨਹੀਂ ਕੀਤੀ, ਇੱਕ ਕੰਪਨੀ ਨੂੰ ਕੰਮ ਦੇ ਕੇ ਰੱਖਿਆ, ਉਹਨਾਂ ਨੇ ਡੰਡੇ ਨਾਲ ਕੰਮ ਲੈ ਕੇ ਰੱਖਿਆ ਉਹ, ਔਰ ਉਹ 4.5 ਸਾਲ ਕਿੰਨੇ ਟਿੱਪਰ ਸੀਗੇ ਰੋਪੜ ਸਾਹਿਬ? ਰੋਪੜ ਸਾਹਿਬ ਕਿੰਨੇ ਟਿੱਪਰ ਸੀਗੇ? ਦੇਖੋ ਉਹ ਗਰੇਵਾਲ ਕੰਪਨੀ ਦੇ ਸੀਗੇ, ਉਹ ਮਾਲਕ ਕੌਣ ਸੀ ਸਾਨੂੰ ਨਹੀਂ ਪਤਾ। ਹਾਂ, ਗਰੇਵਾਲ ਕੰਪਨੀ ਦੇ ਟਿੱਪਰ ਸੀ ਜਿਹੜੇ ਉਦੋਂ ਮਾਈਨਿੰਗ ਦਾ ਕੰਮ ਕਰਦੇ ਸੀ, ਗਰੇਵਾਲ ਕੰਪਨੀ ਉਹਦੇ ਟਿੱਪਰ ਸੀ। ਚਲੋ ਠੀਕ, ਮੈਂ ਇਹਦਾ ਜਵਾਬ ਲੈ ਲਿਆ, ਇੱਕ ਮਿੰਟ ਕਰ ਜਵਾਬ ਲੈ ਲਾਂ। ਹਾਂ, ਇੱਕ ਮਿੰਟ ਜਵਾਬ ਲੈ ਲਾਂ। ਅਕਾਲੀ ਦਲ ਤੋਂ ਅਕਾਲੀ ਦਲ ਹੱਥ ਖੜਾ ਕਰ ਰਿਹਾ। ਅਕਾਲੀ ਦਲ ਹੱਥ ਖੜਾ ਕਰ ਰਿਹਾ, ਗਰੇਵਾਲ ਕੰਪਨੀ ਤੇ ਜਵਾਬ ਦੇਣਾ ਚਾਹੁੰਦੇ ਹੋ? ਹਾਂ ਬੋਲੋ ਕਲੇਰ ਸਾਹਿਬ। ਕਹਿਣਾ ਬੋਲੋ, ਇੱਕ ਮਿੰਟ ਆ ਰਿਹਾ ਰੋਪੜ ਸਾਹਿਬ, ਆ ਰਿਹਾ ਸਰ। ਇੱਕ ਮਿੰਟ ਰੋਪੜ ਸਾਹਿਬ। ਹਾਂ ਬੋਲੋ ਕਲੇਰ ਸਾਹਿਬ। ਮੈਂ ਕੇਪੀ ਜੀ ਫੇਰ ਯਾਦ ਕਰਾ ਦਿਆਂ ਕਿ ਰੋਪੜ ਸਾਹਿਬ ਸਰਕਾਰ ਇਲਜ਼ਾਮ ਨਹੀਂ ਲਾਉਂਦੀ ਹੁੰਦੀ, ਸਰਕਾਰ ਕਾਰਵਾਈ ਕਰਦੀ ਹੈ। ਜੇ ਕਿਸੇ ਨੇ ਗਲਤ ਕੰਮ ਕੀਤਾ ਤੁਸੀਂ 4.5 ਸਾਲ ਦੇਖ ਕਿਉਂ ਰਹੇ ਹੋ? ਮੂਕ ਦਰਸ਼ਨ ਕਿਉਂ ਬਣਿਆ? ਲੋਕਾਂ ਦੇ ਸਾਹਮਣੇ ਰੱਖੋ ਜੇ ਕੋਈ ਕਤਲਾ ਹੋਇਆ। ਠੀਕ ਹੈ ਕਲੇਰ ਸਾਹਿਬ ਤੁਹਾਡੀ ਪੁਰਾਣੀ ਲਾਈਨ ਹੈ, ਤੁਹਾਡੀ ਪੁਰਾਣੀ ਲਾਈਨ ਹੈ। ਤੁਹਾਡੀ ਇੱਕ ਮਿੰਟ ਬਾਬ ਜੀ ਬੋਲੋ। ਸਰ ਗੱਲ ਇਹ ਹੈ ਜਦੋਂ ਸਿੱਧੂ ਸਾਹਿਬ ਕਹਿੰਦੇ ਸੀ ਨਾ 75 25 ਉਹ ਵਾਕਈ 75 25 ਸੀਗਾ ਹੁਣ ਸਿੱਧੂ ਸਾਹਿਬ ਚੌਧਰੀ ਬਣ ਗਏ ਨੇ ਉਹਨਾਂ ਨੂੰ ਸਾਰਾ ਸਿਸਟਮ ਸਮਝ ਆ ਗਿਆ ਤਾਂ ਉਹ ਇਹ ਕਹਿ ਰਹੇ ਆ ਕਿ ਅਖੀਰਲੇ 2-3 ਮਹੀਨੇ ਜੇ ਨਾ ਖਾ ਕੇ ਪੰਜਾਬ ਦੇ ਲੋਕਾਂ
ਸਟੇ ਹੋ ਜਾਣ ਕੇ ਤੁਹਾਨੂੰ ਕੀ ਮਿਲੇਗਾ? ਤੁਹਾਨੂੰ ਸਿਰਫ ਅੱਜ ਦੀ ਤਰੀਕ ਵਿੱਚ ਪੋਲਿਟਿਕਸ ਮਿਲਦੀ ਪਈ ਆ, ਪਰ ਏਜੰਡਾ ਵੀ ਜਾਣਨਾ ਪਵੇਗਾ। ਤੁਹਾਡੇ ਲਈ ਏਜੰਡਾ ਹੈ ਜਾਂ ਸਿਰਫ 2022 ਲਈ ਏਜੰਡਾ ਸਿਰਫ ਲਾਗੂ ਕੀਤਾ ਜਾਣਾ? ਉਸ ਤੋਂ ਬਾਅਦ ਕੀ ਹੋਵੇਗਾ? ਬਹੁਤ ਸਾਰੇ ਸਵਾਲ ਹੈ। ਵਾਪਸ ਆ ਰਹੇ ਬਿਜਲੀ ਸਮਝੌਤਾ ਤੇ ਮੁੱਖ ਮੰਤਰੀ ਦੇ ਪਾਵਰਕੌਮ ਨੂੰ ਹੁਕਮਾਂ ਨਾਲ ਅਸਲ 'ਚ ਕੀ ਹੋਵੇਗਾ? ਰੋਪੜ ਸਾਹਿਬ, ਇੱਕ ਸਵਾਲ ਦਾ ਜਵਾਬ ਦੇ ਦਿਓ, ਉਸ ਤੋਂ ਬਾਅਦ ਮੈਂ ਡਾਕਟਰ ਗਰਗ ਕੋਲੇ ਜਾਣਾ। ਰੋਪੜ ਸਾਹਿਬ, ਇਹ ਜਿਹੜੇ ਸਮਝੌਤੇ ਹੋਏ ਆ, ਭਗਵੰਤ ਮਾਨ ਨੇ ਇੱਕ ਇਲਜ਼ਾਮ ਲਾਇਆ ਕਿ ਉਦੋਂ ਵੀ ਅਫਸਰ ਉਹੀ ਸੀਗੇ ਤੇ ਹੁਣ ਵੀ ਅਫਸਰ ਉਹੀ ਹੈ, ਉਹਨਾਂ ਅਫਸਰਾਂ ਦੀ ਮਿਲੀ ਭੁਗਤ ਹੈ ਜਾਂ ਪੋਲੀਟੀਕਲ ਮਿਲੀ ਭੁਗਤ ਹੈ? ਸਰ, ਕੀ ਹੈਗਾ ਰੋਪੜ ਸਾਹਿਬ, ਇਹ ਸਾਫ ਕਰ ਦਿਓ ਥੋੜਾ ਜਿਹਾ। ਦੇਖੋ, ਜੋ ਉਸ ਟਾਈਮ ਦੇ ਉੱਤੇ ਸੀਐਮਡੀ ਸੀਗਾ ਪੀਐਸਪੀਸੀਐਲ ਦਾ, ਉਹ ਸੀ ਮਿਸਟਰ ਚੌਧਰੀ ਤੇ ਹੁਣ ਹੈਗੇ ਮਿਸਟਰ ਬੀਨੂ ਪ੍ਰਸ਼ਾਦ। ਔਰ ਮੈਂ ਇੱਕ ਗੱਲ ਕਲੀਅਰ ਕਰਦਿਆਂ ਤੁਹਾਨੂੰ ਕੇਪੀ ਜੀ, ਵੀ ਜਿਹੜੇ ਐਗਰੀਮੈਂਟ ਹੋਏ ਨੇ ਪਿਓਰਲੀ ਵਿਦ ਪੀਐਸਪੀਸੀਐਲ ਹੋਏ ਨੇ, ਇਹਦੇ ਵਿੱਚ ਪੀਐਸਪੀਸੀਐਲ ਸਿਗਨੇਚਰੀ ਹੈ। ਔਰ ਡਾਕਟਰ ਸਾਹਿਬ ਦੀ ਗੱਲ ਬਿਲਕੁਲ ਠੀਕ ਹੈ, ਔਰ ਪੀਐਸਪੀਸੀਐਲ ਨਹੀਂ ਰੱਦ ਕਰਨੇ ਨੇ, ਚਲੋ ਇਹਦੇ ਵਿੱਚ ਪਿਓਰਲੀ ਜਿਹੜੀ ਪੀਐਸਪੀਸੀਐਲ ਜਿਹੜੀ ਸਿਗਨੇਚਰੀ ਹੈ, ਉਸ ਟਾਈਮ ਦਾ ਜਿਹੜਾ ਡਾਇਰੈਕਟਰ ਜਨਰੇਸ਼ਨ ਤੇ ਉਸ ਟਾਈਮ ਦਾ ਸੀਐਮਡੀ ਇਹ ਸਿਗਨੇਚਰੀ ਨੇ ਇਸ ਗੱਲ ਦੇ, ਔਰ ਇਸ ਕਰਕੇ ਇਹ ਜਿਹੜੇ ਆਪਣੇ ਉਹ ਕੀਤੇ ਗਏ। ਦੂਜੀ ਗੱਲ ਜਿਹੜੀ ਗੱਲ ਆਪਣੀ ਅਰਸ਼ਦੀਪ ਜੀ ਕਹਿ ਰਹੇ ਸੀਗੇ ਨਾ ਵੀ ਰੋਕਿਆ ਕੀ ਨੇ, ਤੁਸੀਂ ਉਹ ਪ੍ਰਾਈਵੇਟ ਕੰਪਨੀ ਦੇ ਗਲ 'ਚ ਅੰਗੂਠਾ ਦੇ ਕੇ ਕੀਤਾ, ਉਹਦੇ ਵਿੱਚ ਸਰਕਾਰ ਦਾ ਉਹ ਨਹੀਂ ਕੀਤਾ, ਉਹ ਤੁਸੀਂ ਪ੍ਰਾਈਵੇਟ ਕੰਪਨੀ ਦੇ ਗਲ 'ਚ ਅੰਗੂਠਾ ਦੇ ਕੇ ਕੀਤਾ, ਉਹਨੂੰ ਜਿਹੜੇ ਫਾਇਦੇ ਪਹੁੰਚਾਏ ਆ ਇਹ ਬਕਾਇਦਾ ਤੌਰ ਦੇ ਉੱਤੇ ਇਹ ਪ੍ਰੂਫ ਹੋਣਗੇ। ਦੂਜੀ ਗੱਲ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ, ਜਿਹੜੀ ਗੱਲ ਨੂੰ ਕੇਪੀ ਜੀ ਮੈਨੂੰ ਕਰ ਲੈਣ ਦਿਓ, ਜਿਹੜੀ ਗੱਲ ਨੂੰ ਤੁਸੀਂ ਵੀ ਉਹ ਕਹਿ ਰਹੇ ਹੋ ਵਿਦਨ ਫਰੇਮ ਵਰਕ, ਮੈਂ ਬਿਲਕੁਲ ਗੱਲ ਜਿਹੜੀ ਵਿਦਨ ਫਰੇਮ ਵਰਕ ਕੀਤੀ ਆ, ਪਰ ਉਹਦੇ ਵਿੱਚ ਫਰਕ ਹੈ। ਇਹ ਕਿਸੇ ਨੇ ਨਹੀਂ ਕਿਹਾ ਵੀ ₹2 ਦਿਓ, ਉਹ ਉਸੇ ਟਾਈਮ ਦੇ ਵਿੱਚ ਜਿਹੜੀ ਕਲੇਰ ਸਾਹਿਬ ਕਹਿੰਦੇ ਨੇ ਵੀ ਸਭ ਤੋਂ ਸਸਤਾ ਸੀ, ਉਸੇ ਟਾਈਮ ਦੇ ਵਿੱਚ ਵਿਦਨ 15 ਡੇਜ਼ ਦਾ ਫਰਕ ਹੈ। ਸ਼ਾਸਨ ਦਾ ਹੋਇਆ 17 ਪੈਸਿਆਂ ਦੇ ਵਿੱਚ, ਇਹਨਾਂ ਦਾ ਹੋਇਆ ₹2.5 ਦੇ ਵਿੱਚ। ਔਰ ਜਿਹੜਾ ਇਹ ਗੱਲ ਕਰਦੇ ਆ ਰੇਟ ਅਸੀਂ ਸਭ ਤੋਂ ਸਸਤੇ ਕੀਤੇ ਸੀ, ਤੁਸੀਂ ਬਿਜਲੀ ਦਾ ਰੇਟ ₹3.5 ਕਰ ਲਿਆ, ਉੱਤੇ ਫਿਕਸ ਚਾਰਜਸ ਦੇਤੇ ਉਹ ਆਪਣੇ ਕੀ ਕਹਿੰਦੇ ਹੁੰਦੇ ਨੇ ਉਹ ਨਹੀਂ। ਦੂਜੀ ਗੱਲ, ਹੁਣ ਤੱਕ ਅਸੀਂ ਫਿਕਸ ਚਾਰਜਸ ਬਿਨਾਂ ਬਿਜਲੀ ਖਰੀਦੇ ਕਿੰਨੇ ਦੇ ਚੁੱਕੇ ਆ? ਜੇ ਤੁਸੀਂ ਇਹ ਕਲੇਅਰ ਸਾਹਿਬ ਮੇਰੇ ਤੋਂ ਜਾਣਨ ਦੀ ਕੋਸ਼ਿਸ਼ ਕਰ ਲੈਣਗੇ ਜਾਂ ਕੇਪੀ ਜੀ ਤੁਸੀਂ ਮੈਨੂੰ ਅਲਾਓ ਕਰ ਦੇਣਗੇ, ਤੁਹਾਡਾ ਵੀ ਭਲਾ ਹੋਊਗਾ, ਸਰੋਤਿਆਂ ਦਾ ਵੀ ਭਲਾ ਹੋਊਗਾ। ਚਲੋ, ਮੈਂ ਆ ਰਿਹਾ ਵਾਪਸ, ਦੇਖੋ ਮੈਂ ਵਾਪਸ ਆ ਜਾਊਂਗਾ, ਰੋਪੜ ਸਾਹਿਬ ਆ ਜਾਊਂਗਾ। ਡਾਕਟਰ ਗਰਗ,
सर इन कसूर किंदा सेंटर गौरमेंट का कसूर है, स्टेट गौरमेंट का कसूर है, अफसर का कसूर है, ब्यूरोक्रेट्स का कसूर है, पॉलिटिशियन का कसूर है, सर कसूर किंदा है? कोई कसूरवार जो सारे वो अखा मीच के हो गया बस डॉक्टर साहब? वैसे तो केपीजी सारे रले हुए ने। सेंटर गौरमेंट ने प्राइवेटाइजेशन की पॉलिसी लिया 2003 का बिजली एक्ट जी हूँ भी सेंटर गौरमेंट छाती ठोक के कहती है भी पहला तो असं पावर जनरेशन प्राइवेटाइज करी हूँ डिस्ट्रीब्यूशन भी प्राइवेटाइज करनी है। सो पहली गल यह है भी केंद्र जिम्मेवार है इन्होंने गलों वास्ते, पर जी इतों की पोलीटल लीडरशिप है पोलीटल एग्जैक्टिव खास करके जिन्हों कैबिनेट कहने आपां अपनी भाषा च, ते दूजी जी ब्यूरोक्रेटिक एग्जैक्टिव है, तीजी जी प्रोफेसनल एग्जैक्टिव है जिहड़े इंजीनियर्स ने बिजली बोर्ड के पावर जनरेशन के, ये तिने जिहड़े ने इन तिना ने डट के कहना सी। जब ये समझौते हुए ने उहदे विच मिस्टर चौधरी ने कितने ना कितने ऑब्जेक्शन भी करया होया कि इन्ने ज़्यादा इकट्ठे ना करो नहीं करने चाहिए, तो पर वो गल वक्री है। एक जी रोपड़ साहब ने कही, मैं फिर दोबारा कहाँगा जिहड़ा वो मसौदा आया सी उस लिखा सी 7 साल ज उस तो वध 7 साल ज उस तो वध 25 साल थोड़े जरूरी सके। सो सानू ये देखना पैंदा है, कहने बड़ा सौखा तुसीं कागजी पत्री जिहड़ी मर्जी गल साबित कर दोगे ये तो ठीक है जी, कागजी पत्री नहीं हुंदा। इन्हां ने अकाली सरकार ने खजाना लटाया 2011 च तीक्षण सोध कमेटी बनी, उसने इन्ना ज्यादा बर्डन पाता इन्हां तिना चो भी नहीं कोई बढ़ेगा। टीचरां दी तनखाह वधा सी 5-5 हज़ार रुपए महीना, जिहड़ा मतलब सी 12 हज़ार वधना क्योंकि उत्ते डीए हाउस रेंट बिना किसी रैशनैलिटी के होरां दी डॉक्टरां दी जे वो ये जिहड़ियां कमेटियां ने करिया पैसा खजाने चो लटाई गए। मैं कहना बिजली इन्नी महंगी भी होंगी 2 रुपए की होगी 3 रुपए होगी, उस 1500-1600-1800 करोड़ साल का लग भी गया, लोगों बिजली फिर मिलती रही, पर जो उंजी तुम उड़ाई जाने हो कि 20 हज़ार करोड़ रुपया इदा वो वेस्ट हो गया। सो सानू जेड़ा ये जेड़ी सरकार आई सी वायदे करके आई सी भी जिहड़ियां पहला मैं ये ना कह भी कोई खा गया कोई जान के कर गया किवें कर गया, वो तो इनकुआरियां का मामला है, वो इनकुआरियां होनिया चाहीदियां ने, पर इन्हां नू उहनू रद्द करन तों उहदे उत्ते चाराजोई करन तों तां किसे अकाली सरकार ने नहीं ना रोकिया सी, अकाली बीजेपी तां के रोक नहीं सकदी सी। इन्हां ने आउण सार उह काम नहीं करिया जिहदे इन्हां ने वायदे करे सी, इह सच है। उहदे नाल 4.5 साल स्टेट दे जिहड़े फाइनेंस सीगे, स्टेट कोल जिहड़ा पैसा सी जिहड़ा टैक्स रेवन्यू इकट्ठा हुंदा है लोकां नू पता नहीं है, डायरेक्ट टैक्स सिर्फ 75 रुपए पर हैड है, इनडायरेक्ट 16,350 रुपए 450 रुपए 49,000 टैक्स के 49,000 लोगों ने इनडायरेक्ट टैक्स जेबा चो जा रहा है। आम तौर पर लोगों लगता भी असं तो जी इनकम टैक्स का फलांग असी टैक्स पे हाँ। सो इन्होंने टैक्स पेयर मनी मिसयूज कर पावर एग्रीमेंट च भी मिसयूज होया हो रोके जा सकते। ठीक ठीक अहबाब गरेवाल जे तुहाड़ी सरकार आउंदी है तुसीं आके कहिंदे असीं पावर एग्रीमेंट है जिहड़े रद्द करांगे, तुसीं कहिंदे आ कि असीं होर भी प्रोडक्शन करांगे थर्मल होर लावांगे, पर एक साबका जिहड़े अधिकारी हैगे आ पावरकॉम दे मैं उहनां नाल गलबात हो रही सी, उह कहिंदे भी पहलां ही थर्मल असीं ज़्यादा ला लिया, सानूं पंजाब नूं इन्नी जरूरत नहीं हैगी, कि 1000 to 2000 मेगावाट की जरूरत पैंदी है पीक सीजन दे विच, उदों सानूं 2 थर्मल प्लांट जां 1 जां 2 यूनिट जिहड़े सानूं चाहीदे हुंदे आ, पर नाल बाब जी वो कहिंदे आ कि नैशनल ग्रिड तो सानू बिजली लैनी चाहिए है, तो सारे ने रिव्यू किया जां सिर्फ पॉलिटिक्स करदे पए इस मुद्दे ते भी पंजाब नू पावर दी लोड़ किन्नी है? सर मेरी गल सुनो, जिवें मैं मानता रोपड़ साहब कह रहे पावर फ्लक्चुएट करती है, गर्ग साहब नाल मैं इदां सहमत हां कि जिहड़ा लोकां दा पैसा उहनू खर्चण वेले दर्द होना चाहिए। थर्मल आपां फालतू ला ले, अपने कोल 2-3 रिसोर्सिज ने, अपने कोल नैशनल की टीवी है उत्तों भी लै सकते हैं, अपना पानी जिहड़ा दरिया नहरां च जा रहा है वह 30% पानी वह बर्बाद हो रहा बिकॉज ऑफ वैपोरेशन। दराहे कोल देखोगे छोटे जे पार्ट से सोलर पावर यूनिटा लाइया हुई हैं, उहदे नाल 2 फायदे होंगे, एक तो बिजली मिलती है एक पानी नहीं उड़ता। सर थोड़ा जा क्रिएटिव होने की लोड़ है, थोड़ा जा यह नहीं है कि जे असी बिजली बनाने वाले आ ले आते तो अपने बंदियां नूं ला के सोलर के एडे एडे प्लांट लाते, इस देश के प्रांत का फायदा होंगे। असी तो एक गल कहने किते तां धांधली होई है, किसी ने तो गलती की है, उहदी इनक्वायरी भी होगी, उहदा रिस्पोंसिबिलिटी भी बिठाई जाऊगी, तो जिहदी उहनूं प्रोसीक्यूट एज पर लॉ भी किया जाऊगा, तो पावर की पूर्ति की जाऊगी।
ਮੈਨੂੰ ਇਹ ਬਾਬ ਜੀ ਇੱਕ ਚੀਜ਼ ਦੱਸੋ, ਜੋ ਸਰਕਾਰ ਹੁਣ ਕਰਦੀ ਪਈ ਹੈ, ਸਰਕਾਰ ਨੂੰ ਕੀ ਕਰਨਾ ਚਾਹੀਦਾ? ਤੁਸੀਂ ਇੱਕ ਪਾਸੇ ਕਹਿੰਦੇ ਕੈਬਨਿਟ 'ਚ ਏਜੰਡਾ ਲਿਆਉਣਾ ਚਾਹੀਦਾ ਹੈ, ਫਿਰ ਵਿਧਾਨ ਸਭਾ ਇਜਲਾਸ ਸੱਦਣਾ ਚਾਹੀਦਾ ਹੈ, ਤੁਸੀਂ ਕੋਈ ਰਾਏ ਦੇ ਦਿਓ ਨਾ, ਜੇ ਪੰਜਾਬ ਦੇ ਲੋਕਾਂ ਦਾ ਭਲਾ ਚਾਹੁੰਦੇ ਹੋ, ਕਿ ਤੁਸੀਂ ਚਾਹੁੰਦੇ ਹੋ ਕਿ ਬਿਜਲੀ ਦੇ ਮੁੱਦੇ 'ਤੇ ਇਹ ਸਰਕਾਰ ਡਿੱਗੇ, ਅਸੀਂ ਆਈਏ, ਫਿਰ ਅਸੀਂ ਪਾਵਰ ਦੀ ਖੇਡ ਖੇਡਾਂਗੇ? ਦੇਖੋ ਦੇਖੋ, ਸਰਕਾਰ ਦਾ ਆਉਣਾ ਜਾਣਾ ਲੋਕਾਂ ਦੇ ਹੱਥ ਹੈ। ਸਰਕਾਰ ਨੂੰ ਇਹ ਕਰਨਾ ਚਾਹੀਦਾ ਕਿ ਜਿਹੜਾ ਆਪਣਾ ਇਨਫਰਾਸਟ੍ਰਕਚਰ ਪਾਵਰ ਦਾ ਕਰੰਬਲ ਕਰ ਰਿਹਾ, ਜਿਹੜੀ ਆਪਣੀ 30% ਬਿਜਲੀ ਖਰਾਬ ਹੋ ਰਹੀ ਹੈ, ਉਸ ਇਨਫਰਾਸਟ੍ਰਕਚਰ ਤੇ ਇਨਵੈਸਟਮੈਂਟ ਕਰਨੀ ਚਾਹੀਦੀ ਹੈ। ਸਰਕਾਰ ਨੂੰ ਇਹ ਚੈੱਕ ਕਰਨਾ ਚਾਹੀਦਾ ਕਿ ਪ੍ਰਾਈਵੇਟ ਕੰਪਨੀਆਂ ਦੇ ਹੱਥ ਸਾਰਾ ਦਾ ਸਾਰਾ ਪਾਵਰ ਇਨਫਰਾਸਟ੍ਰਕਚਰ ਨਹੀਂ ਦੇਣਾ ਚਾਹੀਦਾ, ਸਰਕਾਰੀ ਨੂੰ ਵੀ ਨਾਲ ਰੱਖਣਾ ਚਾਹੀਦਾ। ਸਰਕਾਰ ਨੂੰ ਇਹ ਕਰਨਾ ਚਾਹੀਦਾ ਕਿ ਆਲਟਰਨੇਟਿਵ ਸੋਰਸਿਸ ਵੀ ਰੱਖਣੇ ਚਾਹੀਦੇ ਆ, ਤੇ ਜਦੋਂ ਮਾਰਕੀਟ ਫੋਰਸਿਸ ਕੰਮ ਕਰ ਰਹੀਆਂ ਨੇ ਸਰ, ਜੇ ਤੁਸੀਂ ਪ੍ਰਾਈਵੇਟ ਕੰਪਨੀ ਨੂੰ ਕਹੋਗੇ ਸਾਨੂੰ 2 ਰੁਪਏ ਦਿੰਦੇ ਹੋ, ਨਹੀਂ ਦਿੰਦੇ ਸਾਨੂੰ 1.5 ਰੁਪਈਆ ਸੈਂਟਰਲ ਕਿੱਟੀ ਚੋਂ ਮਿਲਦਾ, ਅਗਲਾ ਆਪਣੇ ਆਪ ਕੰਮ ਕਰੂਗਾ, ਵਪਾਰ ਲਈ ਕੰਮ ਕਰ ਰਿਹਾ ਤੇ ਵਪਾਰੀ ਦਾ ਪ੍ਰੋਫਿਟ ਸਮਝਦਾ। ਚਲੋ ਠੀਕ ਹੈ, ਕਲੀਅਰ ਸਾਹਿਬ, ਇੱਕ ਤੁਹਾਡੀ ਪਾਰਟੀ ਵਾਰ ਵਾਰ ਇਹ ਦਾਅਵਾ ਕਰਦੀ, ਅਸੀਂ 2.86 ਰੁਪਏ 'ਚ ਕੀਤਾ ਸੀਗਾ, 2.99 ਰੁਪਏ 'ਚ ਕੀਤਾ ਸੀਗਾ। ਮੈਨੂੰ ਕਲੀਅਰ ਸਾਹਿਬ ਇੱਕ ਚੀਜ਼ ਸਮਝਾਓ, ਤੁਸੀਂ ਜਿਹੜੇ ਟੈਕਸਿਸ ਤੁਸੀਂ ਗਿਣਾ ਰਹੇ ਹੋ, ਇਹ ਸਰਕਾਰ ਲਾ ਰਹੀ ਹੈ, ਕੀ ਉਹ ਸਾਰੇ ਟੈਕਸਿਸ ਤੁਸੀਂ ਲਾ ਕੇ 5 ਰੁਪਏ 'ਚ ਬਿਜਲੀ ਦੇ ਦੋਗੇ? ਕਿਵੇਂ ਪੋਸੀਬਲ ਹੈ? ਕੀ ਬਲੂ ਪ੍ਰਿੰਟ ਹੈ ਤੁਹਾਡੇ ਕੋਲ ਕਲੀਅਰ ਸਾਹਿਬ? PPR ਵਿਊ ਵੀ ਨਹੀਂ ਕਰਨਾ ਚਾਹੁੰਦੇ ਤੁਸੀਂ? KP ਜੀ, ਪੋਸੀਬਲ ਉਹ ਦੱਸੇ ਜਿਹਨੇ ਕਦੇ ਕੀਤਾ ਨਾ ਹੋਵੇ, ਆਮ ਆਦਮੀ ਪਾਰਟੀ ਦੱਸੇ ਕਿੱਦਾਂ ਕਰੂ? ਉਸ ਤਾਂ ਦੇ ਰਹੇ ਸੀ, 2017 ਦੇ ਵਿੱਚ ਦਿੰਦੇ ਹੀ ਗਏ ਆ, ਉਹਨੂੰ ਇਸੇ ਰੇਟ ਤੇ ਦਿੰਦੇ ਗਏ, ਔਰ ਜਿਹੜਾ 2.86 ਰੁਪਏ ਹੈ ਇਹ ਅਗਲੇ 20 ਸਾਲ ਲਈ ਹੈ। ਪਹਿਲੀ ਗੱਲ ਇਹ ਕਲੀਅਰ ਹੋਣੀ ਚਾਹੀਦੀ ਹੈ। ਔਰ ਦੂਸਰੀ ਵੱਡੀ ਗੱਲ ਜਿਹੜੀ ਮੈਂ ਕਹਿ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ 10 ਸਾਲ ਦੀ ਸਰਕਾਰ ਨੇ 5000 ਕਰੋੜ ਰੁਪਏ ਟਰਾਂਸਮਿਸ਼ਨ ਡਿਸਟ੍ਰੀਬਿਊਸ਼ਨ ਤੇ ਖਰਚਿਆ, ਤੇ ਜਿਹੜਾ ਟਰਾਂਸਮਿਸ਼ਨ ਲਾਸ ਸੀ ਉਹ 32% ਸੀ ਪੰਜਾਬ ਦਾ, ਤੇ ਸਾਡੇ ਵੇਲੇ 14% ਤੇ ਆਇਆ। ਔਰ UPA ਦੀ 2015 ਦੀ ਸਰਕਾਰ ਨੇ ਪੰਜਾਬ ਨੂੰ ਬੈਸਟ ਮੰਨਿਆ ਤੇ ਅਵਾਰਡ ਦਿੱਤਾ ਕਿ ਟਰਾਂਸਮਿਸ਼ਨ ਲਾਸ ਪੰਜਾਬ ਦਾ ਸਭ ਤੋਂ ਘੱਟ ਹੈ, 32 ਤੋਂ 14% ਤੇ ਲੈ ਕੇ ਆਏ। ਸਿੱਧਾ ਸਵਾਲ ਹੈ, ਤੁਸੀਂ ਚਾਹੇ ਜਿਹੜਾ ਮਰਜ਼ੀ PPA ਰੱਦ ਕਰੋ, ਚਾਹੇ ਥਰਮਲ ਬੰਦ ਕਰ ਦੇਣ, 4500 ਮੈਗਾਵਾਟ ਦੀ ਸ਼ਾਰਟਫਾਲ ਸਰਕਾਰ ਕਿੱਦਾਂ ਪੂਰੀ ਕਰੂਗੀ ਸਸਤੇ ਰੇਟ ਤੇ? ਲੋਕਾਂ ਨੂੰ ਬਿਜਲੀ ਚਾਹੀਦੀ ਹੈ, ਲੋਕਾਂ ਨੂੰ ਬਿਜਲੀ ਦੋ, ਜਿਹੜਾ ਮਰਜ਼ੀ। ਕਲੀਅਰ ਸਾਹਿਬ ਇਦਾਂ ਪੋਸੀਬਲ ਹੈ ਨੈਸ਼ਨਲ ਗ੍ਰਿਡ ਤੋਂ ਬਿਜਲੀ ਅਸੀਂ ਖਰੀਦਦੇ ਰਹੀਏ ਹੁਣ ਘੱਟ ਰੇਟਾਂ ਤੇ? ਜਿਹੜੇ ਪੰਜਾਬ ਦੇ ਥਰਮਲ ਪਲਾਂਟ ਹੈ ਤਾਂ ਮਹਿੰਗੀ ਬਿਜਲੀ ਪੈਦਾ ਕਰਦੇ ਆ? ਨਹੀਂ ਸਰ, ਜਿਹੜੇ ਟੈਕਨੀਕਲ ਬੰਦੇ ਆ ਉਹ ਜਾਣਦੇ ਆ ਕਿ ਨੈਸ਼ਨਲ ਗ੍ਰਿਡ ਤੋਂ ਤੁਸੀਂ 1000 ਮੈਗਾਵਾਟ ਤੋਂ ਬਾਅਦ ਬਿਜਲੀ ਨਹੀਂ ਲੈ ਸਕਦੇ, ਔਰ ਨੈਸ਼ਨਲ ਗ੍ਰਿਡ ਦੇ ਵੀ ਫਿਕਸ ਚਾਰਜਸ ਨੇ। ਅਗਰ ਤੁਸੀਂ ਉਹਨਾਂ ਨੂੰ ਕਹਿਤਾ ਵੀ ਅਸੀਂ 6 ਮਹੀਨੇ ਬਿਜਲੀ ਲੈਣੀ ਹੈ ਤੇ 3 ਮਹੀਨੇ ਲੈ ਕੇ ਬੰਦ ਕਰ ਦੋਗੇ ਤਾਂ ਬਾਕੀ 3 ਮਹੀਨੇ ਦੇ ਪੈਸੇ। ਕਲੀਅਰ ਸਾਹਿਬ ਮੈਂ ਇਸ ਸਵਾਲ ਦਾ ਜਵਾਬ ਲਵਾਂਗਾ ਬ੍ਰੇਕ ਤੋਂ ਬਾਅਦ। ਮੈਂ ਨਹੀਂ ਚਾਹੁੰਦਾ ਕੋਈ ਗੁੰਮਰਾਹ ਹੋ ਜਾਵੇ। ਵਾਪਸ ਆ ਰਹੇ ਹਾਂ, PPA ਅੱਗੇ ਕਿਹੜੀ ਪਾਵਰ ਚੱਲੇਗੀ, ਸਵਾਲ ਤਾਂ ਇਹੀ ਹੈ, ਵਾਪਸ ਆ ਕੇ ਫਿਰ ਪੁੱਛੂੰਗਾ ਜ਼ਰੂਰ। ਅਸੀਂ ਵੱਡਾ ਸਵਾਲ ਇਹ ਪੁੱਛ ਰਹੇ ਹਾਂ, ਬਿਜਲੀ ਸਮਝੌਤਾ ਅਤੇ ਮੁੱਖ ਮੰਤਰੀ ਦੇ ਪਾਵਰ ਕੌਮ ਨੂੰ ਹੁਕਮਾਂ ਨਾਲ ਅਸਲ 'ਚ ਕੀ ਹੋਵੇਗਾ? ਡਾਕਟਰ ਗਰਗ ਨੇ ਵੈਸੇ ਪਹਿਲੀ ਲਾਈਨ 'ਚ ਕਲੀਅਰ ਕਰਤਾ ਸੀਗਾ ਕਿ ਸਟੇ ਹੋ ਸਕਦਾ ਇਸ ਪੂਰੇ। ਅਹਿਬਾਬ ਜੀ, ਅਕਾਲੀ ਦਲ 5 ਰੁਪਏ ਪਰ ਯੂਨਿਟ ਬਿਜਲੀ ਦਊਗਾ ਡੋਮੈਸਟਿਕ, ਤੁਸੀਂ ਕਿੰਨੇ ਰੁਪਏ ਪਰ ਯੂਨਿਟ ਬਿਜਲੀ ਦਊਗੇ? 300 ਯੂਨਿਟ ਤੁਸੀਂ ਐਲਾਨ ਕੀਤਾ ਹੋਇਆ, ਉਸ ਤੋਂ ਬਾਅਦ? ਜੀ ਸਰ, ਮੇਰੀ ਗੱਲ ਸੁਣੋ, ਅਸੀਂ ਸਭ ਤੋਂ ਸਸਤੀ ਦੇਵਾਂਗੇ। ਅਸੀਂ ਦਿੱਲੀ 'ਚ ਸਾਡੇ ਕੋਈ ਬਿਜਲੀ ਬਣਾਉਣ ਦਾ ਸਾਧਨ ਨਹੀਂ, ਅਸੀਂ ਪ੍ਰਾਈਵੇਟ ਕੰਪਨੀਆਂ ਤੋਂ ਲੈ ਰਹੇ ਹਾਂ। ਸਰ ਮੈਂ ਤਾਂ ਰੇਟ, ਅਹਿਬਾਬ ਜੀ ਆਪਾਂ ਸਰ ਪੁਆਇੰਟ ਤੇ ਰਹੀਏ, ਆਪਾਂ ਕਿੰਨੇ ਰੁਪਏ ਪਰ ਯੂਨਿਟ ਬਿਜਲੀ ਦੇਵਾਂਗੇ? ਸਰ ਮੈਂ ਲੋਕਾਂ ਨੂੰ ਜਵਾਬ ਦੇਆਂ ਸਰ, ਉਹ ਪੁੱਛਦੇ ਆ ਮੈਨੂੰ ਕਿ ਇਹਨਾਂ ਨੂੰ ਸਵਾਲ ਕਰੋ। KP ਜੀ, ਜਿੰਨੇ ਜੋ ਇਹ ਬੋਲਦੇ ਨੇ ਉਦੋਂ ਸਸਤੀ ਦੇ ਕੇ ਦਿਖਾਵਾਂਗੇ, ਜਿੰਨਾ ਇਹ ਮਿਨੀਮਮ ਪ੍ਰਾਈਸ ਕਹਿ ਰਹੇ ਨੇ ਉਦੋਂ ਸਸਤੀ ਦੇ ਕੇ ਦਿਖਾਵਾਂਗੇ, ਇਹ ਮੈਂ ਤੁਹਾਨੂੰ ਆਸ਼ਵਾਸਨ ਦਿੰਦਾ। ਚੋਰੀ ਵੀ ਰੁਕੂਗੀ, ਟਰਾਂਸਮਿਸ਼ਨ ਲਾਸ ਵੀ ਰੁਕੂਗਾ, ਤੇ ਜਿਹੜਾ ਅਵਾਰਡ ਇਹ ਕਹਿ ਰਹੇ ਮਿਲਿਆ ਉਹ ਸੋਲਰ ਪਾਵਰ ਜਨਰੇਸ਼ਨ ਲਈ ਮਿਲਿਆ ਸੀ, ਤੇ ਉਹ ਲਵਾਏ ਵੀ ਆਪਣੇ ਭਾਈਵਾਲਾਂ ਦੇ ਸੋਲਰ ਪਲਾਂਟ, ਹੋਰ ਕਿਸੇ ਦੇ ਨਹੀਂ ਲੱਗੇ। ਸੋ ਇਹ ਨਾ ਕਹਿਣ ਦੀਆਂ ਗੱਲਾਂ ਬਹੁਤ ਸੌਖੀ ਨੇ, ਪੰਜਾਬ 'ਚ ਕਦੇ ਵੀ ਟਰਾਂਸਮਿਸ਼ਨ ਲਾਸ 28 ਪੈਸੇ ਤੋਂ ਥੱਲੇ ਨਹੀਂ ਗਿਆ ਹੈਗਾ। ਅਸੀਂ ਇਹ ਆਸ਼ਵਾਸਨ ਦਿੰਦੇ ਹਾਂ ਕਿ ਅਸੀਂ ਜਿੰਨਾ ਇਹ ਕਹਿੰਦੇ ਉੱਥੇ ਸਸਤੀ ਕਰਕੇ ਦਿਖਾਵਾਂਗੇ, ਤੇ ਜਿਨ੍ਹਾਂ ਨੇ ਮਹਿੰਗੀ ਕੀਤੀ ਉਹਨਾਂ ਨੂੰ ਫੜ ਕੇ ਦਿਖਾਵਾਂਗੇ। ਚਲੋ, ਰੋਪੜ ਸਾਹਿਬ, ਨੈਸ਼ਨਲ ਗ੍ਰਿਡ ਤੋਂ ਇੱਕ ਸੀਮਾ ਹੁੰਦੀ ਹੈ ਕਿੰਨੀ ਬਿਜਲੀ ਮਿਲਣੀ ਹੈ ਕਿੰਨੀ ਨਹੀਂ ਮਿਲਣੀ, ਕਿੰਨੇ ਫਿਕਸ ਚਾਰਜਸ ਹੈ, ਜਾਂ ਪੀਕ ਜਿਹੜੇ ਪੀਕ ਵੇਲਾ ਹੁੰਦਾ ਉਸ ਵੇਲੇ ਕਿੰਨੇ ਰੁਪਏ ਯੂਨਿਟ ਮਿਲਣੀ ਆ? ਸਰ ਇਹ ਇਸ ਬਾਬਤ ਕੋਈ ਜਾਣਕਾਰੀ ਦੇ ਸਕਦੀ ਹੈ ਕਾਂਗਰਸ? ਹਾਂ ਬਿਲਕੁਲ ਬਿਲਕੁਲ, ਦੇਖੋ ਗੱਲ ਇੱਕ ਹੈ, ਇਹ ਜਿਹੜੇ ਕਲੀਅਰ ਸਾਹਿਬ ਹੈ ਇੱਥੇ ਗਲਤ ਬਿਆਨੀ ਕਰ ਰਹੇ ਆ। ਇਸ ਵੇਲੇ ਜਿਹੜਾ ਸਾਡਾ, ਅਸੀਂ ਜਿਹੜਾ ਨੈਸ਼ਨਲ ਗ੍ਰਿਡ ਤੋਂ ਆ 7500 ਮੈਗਾਵਾਟ ਤੱਕ ਬਿਜਲੀ ਲੈ ਸਕਦੇ ਹਾਂ, ਔਰ 7500 ਔਰ ਇਸ ਵੇਲੇ ਵੀ ਜੇ ਹੁਣ ਤੁਸੀਂ SLDC ਤੇ ਜਾਓਗੇ 6067 ਮੈਗਾਵਾਟ ਅਸੀਂ ਲੈ ਰਹੇ ਹਾਂ ਬਾਹਰੋਂ, ਕਿਉਂਕਿ ਇਸ ਵੇਲੇ ਸਾਡੀ 8000 ਮੈਗਾਵਾਟ ਜਿਹੜੀ ਸਾਡੀ ਹੈ ਡਿਮਾਂਡ ਚੱਲ ਰਹੀ ਹੈ। ਔਰ ਦੂਜੀ ਗੱਲ ਜਿਹੜੀ ਮੈਂ ਇੱਕ ਗੱਲ ਕਹਿੰਦਾ ਨਾ, ਕਲੀਅਰ ਸਾਹਿਬ ਕਹਿੰਦੇ ਵੀ 5 ਰੁਪਏ 4 ਰੁਪਏ 62 ਪੈਸੇ ਤੋਂ ਤਾਂ ਹੁਣ ਵੀ ਸਾਡੇ ਇੱਥੇ ਯੂਨਿਟ ਸ਼ੁਰੂ ਹੁੰਦਾ ਡੋਮੈਸਟਿਕ ਦਾ। ਤੀਜੀ ਗੱਲ ਜਿਹੜੀ ਮੈਂ ਕਹਿਣੀ ਚਾਹੂੰਗਾ, 5400 ਕਰੋੜ ਰੁਪਏ 2013 ਤੋਂ ਲੱਗ ਕੇ ਹੁਣ ਤੱਕ ਅਸੀਂ ਫਿਕਸ ਚਾਰਜਸ ਦੇ ਚੁੱਕੇ ਹਾਂ ਪ੍ਰਾਈਵੇਟ ਪਲੇਅਰਸ ਨੂੰ। ਚੌਥੀ ਗੱਲ ਜਿਹੜੀ ਇਹ ਸਰਕਾਰੀਆਂ ਦੀ ਗੱਲ ਕਰਦੇ ਆ,
ਉਹ ਭਾਈ ਸਰਕਾਰੀਆਂ ਨੂੰ ਫਿਕਸ ਚਾਰਜਸ ਦਾ ਮਤਲਬ ਕੀ ਹੈ ਉਹ ਪੈਣੇ ਹੀ ਪੈਣੇ ਨੇ ਜਦੋਂ ਤੁਸੀਂ ਉਹ 2013 ਤੋਂ ਅੱਜ ਤੱਕ ਦਾ ਡਾਟਾ ਕੱਢ ਲਓ ਕਿੰਨੇ ਦਿਨ ਚੱਲੇ ਆ ਉਹ ਚੱਲਣੇ ਹੀ ਨਹੀਂ ਉਹਨਾਂ ਨੇ ਬਿਜਲੀ ਬਣਾਉਣੀ ਹੀ ਨਹੀਂ ਖਰਚੇ ਤਾਂ ਪੈਣੇ ਹੀ ਪੈਣੇ ਨੇ ਉਹ ਜਿਹੜਾ ਤਨਖਾਹ ਦਾ ਖਰਚਾ ਮੁਲਾਜ਼ਮਾਂ ਦਾ ਖਰਚਾ ਉੱਥੋਂ ਦੇ ਹੋਰ ਜਿਹੜੇ ਖਰਚੇ ਨੇ ਉਹ ਸਾਰੇ ਖਰਚੇ ਉਹ ਉਹਨਾਂ ਨੂੰ ਫਿਕਸ ਚਾਰਜਸ ਕਹਿੰਦੇ ਉਹ ਪੈਣੇ ਹੀ ਪੈਣੇ ਨੇ ਇਸ ਕਰਕੇ ਇਹ ਜਿਹੜੀ ਗੱਲ ਕਰ ਰਹੇ ਨੇ ਨਾ ਕਲੇਰ ਸਾਹਿਬ ਇਹ ਬਿਲਕੁਲ ਦੂਰ ਹੈ ਜਿਹੜੀ ਫੈਕਟਸ ਤੋਂ ਇਸ ਕਰਕੇ ਆਪਾਂ ਇੱਥੇ ਇਸ ਗੱਲ ਕਰਕੇ ਬਰੀ ਨਹੀਂ ਕੀਤਾ ਹੋ ਸਕਦਾ ਇਹ 5400 ਕਰੋੜ ਰੁਪਇਆ ਸਾਡਾ ਸਰਮਾਇਆ ਲੁੱਟਿਆ ਜਾ ਚੁੱਕਿਆ 2013 ਤੋਂ ਠੀਕ ਠੀਕ ਹੈ ਰੋਪੜ ਸਾਹਿਬ ਇੱਕ ਸਵਾਲ ਦਾ ਹੋਰ ਜਵਾਬ ਦੇ ਦਿਓ ਆਖਰੀ ਸਵਾਲ ਤੁਹਾਡੇ ਤੋਂ ਲੈ ਰਿਹਾ ਮੈਂ ਇੱਕ ਨਵਜੋਤ ਸਿੰਘ ਸਿੱਧੂ ਜਿਹੜਾ ਇਲਜ਼ਾਮ ਲਾ ਰਹੇ ਆ ਮਿਸਟਰ ਮਜੀਠੀਆ ਤੇ ਕਿ ਉਹਨਾਂ ਦੇ ਰਹਿੰਦੇ ਜਿਹੜੇ ਕਰਾਰ ਕੀਤੇ ਗਏ ਆ ਸੋਲਰ ਪਾਵਰ ਵਾਲੇ ਸੋਲਰ ਊਰਜਾ ਵਾਲੇ ਸਰ ਇਹਦੇ ਵਿੱਚ ਉਹਨਾਂ ਨੇ ਕਿਹਾ 1.99 ਰੁਪਏ ਮਿਲਦੀ ਪਈ ਸੀਗੀ ਅਤੇ ਸਾਨੂੰ ਜਿਹੜੇ 1000 ਕਰੋੜ ਦੇਣੇ ਪੈ ਰਹੇ ਆ 7 ਰੁਪਏ ਅਤੇ 17 ਰੁਪਏ ਸਮਝੌਤੇ ਕੀਤੇ ਆ ਇਸ ਬਾਬਤ ਤੁਹਾਡੇ ਕੋਲ ਕੋਈ ਜਵਾਬ ਹੈਗਾ ਜਾਂ ਸਿਰਫ ਪ੍ਰਧਾਨ ਸਾਹਿਬ ਹੀ ਬਿਆਨ ਦੇਣਗੇ ਬਸ ਇਕੱਲੇ ਨਹੀਂ ਇਹਦੀ ਗੱਲ ਇਹ ਹੈ ਬਿਲਕੁਲ ਜਿਹੜੀ ਪ੍ਰਧਾਨ ਸਾਹਿਬ ਕਹਿ ਰਹੇ ਆ ਠੀਕ ਹੈ 18 ਰੁਪਏ ਚ ਵੀ ਸਮਝੌਤੇ ਹੋਏ ਆ ਔਰ ਉਸ ਤੋਂ ਬਾਅਦ 3 ਰੁਪਏ ਤੇ ਵੀ ਸਮਝੌਤੇ 2.5 ਰੁਪਏ ਚ ਵੀ ਹੋਏ ਆ ਠੀਕ ਹੈ ਪਰ ਜਿਹੜੀ ਸਭ ਤੋਂ ਗੱਲ ਵੱਡੀ ਇਹਦੇ ਚ ਦੇਖਣ ਵਾਲੀ ਗੱਲ ਹੈ 2016 ਦੇ ਨਵੰਬਰ ਕੇ ਦਸੰਬਰ ਦੇ ਵਿੱਚ ਜਿਹੜੇ ਪ੍ਰਾਈਵੇਟਾਂ ਨੂੰ ਲੱਗੇ ਸੀਗੇ ਸੋਲਰ ਜਿਨ੍ਹਾਂ ਦੇ 18-18 ਰੁਪਏ ਦੇ ਉੱਤੇ ਸੀ ਉਹ ਲੱਗੇ ਸੀ ਆਪਾਂ ਇਹਨਾਂ ਨੇ ਕਿਹਾ ਸੀ ਜਿਹਦੀ ਜ਼ਮੀਨ ਆ ਉਹ ਲਾ ਸਕਦਾ ਹੈ ਉਹਨੂੰ ਅਲਾਓ ਕਰਤਾ ਚਲੋ ਉਹ ਕੋਈ ਜ਼ਿਮੀਦਾਰ 18 ਰੁਪਏ ਲੈ ਗਿਆ ਕੋਈ ਇਤਰਾਜ਼ ਨਹੀਂ ਪਰ ਉਸ ਤੋਂ ਬਾਅਦ ਹੋਇਆ ਕਿ ਇਹ ਜਾਂਦੇ ਜਾਂਦੇ ਉਹ ਸਾਰੇ ਕੰਸੋਲੀਡੇਟ ਕਰਕੇ ਅਡਾਨੀਜ ਨੂੰ ਦੇ ਗਏ ਉਹਨਾਂ ਚੋਂ 12-13 ਪਲਾਂਟ ਜਿਹੜੇ ਨੇ ਸੋਲਰ ਪਲਾਂਟ ਅਡਾਨੀ ਨੇ ਕਬਜ਼ਾ ਕਰ ਲਿਆ ਔਰ ਉਹਨਾਂ ਤੋਂ ਜਿਹੜੇ ਹੈਗੇ ਲੈ ਕੇ ਇਕਰਾਰ ਹੋ ਹੀ ਰਹੇ ਇਹ ਜਾਂਦੇ ਜਾਂਦੇ ਉਹਨਾਂ ਨੂੰ ਅਲਾਓ ਕਰ ਗਏ ਠੀਕ ਹੈ ਰੋਪੜ ਸਾਹਿਬ ਤੁਹਾਨੂੰ ਪਤਾ ਸਭ ਕੁਝ ਹੈ ਪਰ ਮੈਨੂੰ ਲੱਗਦਾ ਤੁਸੀਂ ਮਜਬੂਰ ਹੋ ਤੁਹਾਡੀ ਸਰਕਾਰ ਹੀ ਨਹੀਂ ਕਾਰਵਾਈ ਕਰਦੀ ਪਈ ਕਲੇਅਰ ਸਾਹਿਬ ਨਹੀਂ ਇਦਾਂ ਦੀ ਕੋਈ ਗੱਲ ਕਲੇਅਰ ਸਾਹਿਬ ਮਿਸਟਰ ਮਜੀਠੀਆ ਦੇ ਇਲਜ਼ਾਮ ਲਾਇਆ ਮਿਸਟਰ ਸਿੱਧੂ ਨੇ ਮੈਨੂੰ ਸਵਾਲ ਦਰਾਉਣ ਦੀ ਜ਼ਰੂਰਤ ਨਹੀਂ ਆਰਗੂਮੈਂਟ ਕੀ ਹੈ ਅਕਾਲੀ ਦਲ ਦਾ ਸਿੱਧੂ ਸਾਹਿਬ ਝੂਠ ਬੋਲਦੇ ਪਏ ਆ ਜਾਂ ਤੁਸੀਂ ਇਹੀ ਕੰਮ ਕੀਤਾ ਸਿੱਧੂ ਸਾਹਿਬ ਨੇ ਅੱਜ ਤੱਕ ਸੱਚ ਕਿਹੜੀ ਗੱਲ ਦਾ ਬੋਲਿਆ ਜੀ ਜਿਹੜਾ ਇਹ ਉਹ ਸੱਚ ਬੋਲਦੇ ਨੇ ਮੁੰਨੀ ਮੰਮੀ ਪੱਪੂ ਪਾਪਾ ਇੱਧਰ ਨਾ ਜਾਓ ਕਿਰਪਾ ਕਰਕੇ ਇੱਧਰ ਨਾ ਜਾਓ ਸਰ ਮੈਂ ਉਹ ਸਵਾਲ ਸਾਰੇ ਕਰ ਲੂੰਗਾ ਕਲੀਅਰ ਸਾਹਿਬ ਆਪਾਂ ਮੁੱਦੇ ਤੇ ਰਹੀਏ ਸਰ ਪੁਆਇੰਟ ਤੇ ਰਹੀਏ ਪਲੀਜ਼ ਬਿਲਕੁਲ ਇਨਸਾਨ ਹੈ ਜੀ ਜ਼ੀਰੋ ਉਹਦੀ ਆਪਣੀ ਲਾਈਫ ਦੀ ਜਿਹੜੀ ਪੰਜਾਬ ਨੂੰ ਦੇਣਾ ਉਹ ਜ਼ੀਰੋ ਸੋ ਉਹ ਤਾਂ ਗੱਲਾਂ ਕਰਨ ਜੋਗੇ ਨੇ ਔਰ ਰਹੀ ਗੱਲ ਰੋਪੜ ਸਾਹਿਬ ਦੀ ਨਹੀਂ ਕਲੀਅਰ ਸਾਹਿਬ ਇੱਕ ਮਿੰਟ ਸਰ ਪੁਆਇੰਟ ਤੇ ਰਹੀਏ ਕਲੀਅਰ ਸਾਹਿਬ ਤੁਸੀਂ ਡੈਫੇਮੇਸ਼ਨ ਪਾਤਾ ਸੀ ਨਾ ਕੇਰੀਵਾਲ ਦੇ ਖਿਲਾਫ ਜਦੋਂ ਮਜੀਠੀਆ ਦੇ ਖਿਲਾਫ ਬੋਲੇ ਸੀ ਉਹ ਸਿੱਧੂ ਸਾਹਿਬ ਦੇ ਖਿਲਾਫ ਹੀ ਪਹੁੰਚ ਜਾ ਰਹੇ ਹੋ ਝੂਠ ਬੋਲਦੇ ਨੇ ਸਿੱਧੂ ਸਾਹਿਬ ਤੁਸੀਂ ਕਹਿ ਰਹੇ ਹੋ ਔਨ ਰਿਕਾਰਡ ਕੋਈ ਗੱਲ ਨਹੀਂ ਜੀ ਡੈਫੇਮੇਸ਼ਨ ਮਜੀਠੀਆ ਸਾਹਿਬ ਡਿਸਾਈਡ ਕਰਨਗੇ ਉਹ ਠੀਕ ਸਮਝਣਗੇ ਜ਼ਰੂਰ ਪਾ ਦੇਣਗੇ ਪਰ ਰਹੀ ਗੱਲ ਮੈਂ ਹੈਰਾਨ ਆ ਕਿ ਰੋਪੜ ਸਾਹਿਬ ਇਹ ਕਹਿੰਦੇ ਅਸੀਂ 7500 ਮੈਗਾਵਾਟ ਲੈ ਰਹੇ ਹਾਂ ਨੈਸ਼ਨਲ ਗ੍ਰਿਡ ਤੋਂ 14500 ਮੈਗਾਵਾਟ ਦੀ ਤੁਹਾਡੀ ਟੋਟਲ ਡਿਮਾਂਡ ਹੈ 13000 ਤੁਹਾਡੇ ਕੋਲੇ ਬਣ ਰਿਹਾ ਹੈ ਤੇ ਤੁਸੀਂ 7500 ਕਿੱਥੋਂ ਲੈ ਰਹੇ ਹੋ ਸ਼ਾਰਟ ਫਾਲ ਤਾਂ 1500 ਮੈਗਾਵਾਟ ਦੀ ਹੈ ਨਹੀਂ ਹੁਣ ਘਟ ਗਈ ਹੈ ਡਿਮਾਂਡ ਸਰ ਹੁਣ ਘਟ ਗਈ ਹੈ ਕਲੀਅਰ ਸਾਹਿਬ ਹੁਣ ਡਿਮਾਂਡ ਘਟ ਗਈ ਹੈ ਸਰ ਕਲੀਅਰ ਸਾਹਿਬ ਡਿਮਾਂਡ ਘਟ ਗਈ ਹੈ ਜਿਹੜੇ ਅਸੀਂ ਐਗਰੀਮੈਂਟ ਹੁਣ ਇਹਨਾਂ ਤੋਂ ਲੈਣ ਦੇ ਕਮਿਟਮੈਂਟਾਂ ਪੂਰੀ ਕਰਨੀ ਹੈ ਔਰ ਮੇਰੀ ਗੱਲ ਸੁਣੋ ਕਿਤੇ ਦੂਰ ਜਾਣ ਦੀ ਲੋੜ ਨਹੀਂ ਇੱਕ 4 ਅੱਖਰ ਹੈ SLDC ਗੂਗਲ ਕਰੋ ਪਤਾ ਲੱਗ ਜੂ ਪ੍ਰੋਪਰ ਦਾ ਮਾਦਾ ਰੱਖੋ ਮੈਂ ਕਹਿੰਦਾ ਮਾਦਾ ਰੱਖੋ ਔਰ ਦੂਜੀ ਜਿਹੜੀ ਵੱਡੀ ਗੱਲ ਹੈ ਕਾਂਗਰਸ ਸਰਕਾਰ ਨੇ ਨਾ 2002 ਤੋਂ 2007 ਨਾ 17 ਤੋਂ ਅੱਜ ਤੱਕ ਇੱਕ ਵੀ ਮੈਗਾਵਾਟ ਪ੍ਰੋਡਿਊਸ ਨਹੀਂ ਕੀਤਾ ਜਿਹਦੇ ਕਰਕੇ ਪੰਜਾਬ ਦੇ ਵਿੱਚ ਸ਼ਾਰਟਫਾਲ ਹੈ ਟ੍ਰਾਂਸਮਿਸ਼ਨ ਲਾਸ ਤੇ ਕੰਮ ਨਹੀਂ ਕੀਤਾ ਮੈਂ ਅਹਿਬਾਬ ਗਰੇਵਾਲ ਸਾਹਿਬ ਨੂੰ ਦੱਸਦੇ ਆ ਕਿ ਉਹ ਅਵਾਰਡ ਟ੍ਰਾਂਸਮਿਸ਼ਨ ਲਾਸ ਵਾਸਤੇ ਸੀ ਜਿਹੜਾ 32% ਤੋਂ 14 ਆਇਆ ਉਹ ਪਲੀਜ਼ ਡਾਟਿਆਂ ਦੇ ਨਾਲ ਗੱਲ ਕਰਿਓ ਕਲੇਰ ਸਾਹਿਬ ਠੀਕ 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 ਹੈ ਸਰ ਠੀਕ ਹੈ ਸਰ ਸਰ ਇੱਕ ਮਿੰਟ ਤੁਹਾਨੂੰ ਅਵਾਰਡ ਮਿਲਿਆ ਸਰ ਤੁਹਾਨੂੰ ਮੁਬਾਰਕਾਂ ਅਵਾਰਡ ਤੁਹਾਨੂੰ ਮਿਲਿਆ ਸਰ ਪੰਜਾਬ ਦੇ ਲੋਕਾਂ ਨੂੰ ਤਾਂ ਵੱਧ ਰੇਟਾਂ ਤੇ ਬਿਜਲੀ ਮਿਲਦੀ ਪਈ ਸਰ ਉਹਨਾਂ ਦਾ ਸਵਾਲ ਹੈ ਕੱਲੇ ਸਨਮਾਨਾਂ ਨਾਲ ਕੋਈ ਨਹੀਂ ਹੋਣਾ ਤੇ ਕਲਾਂ ਚ ਜਵਾਬ ਦੇ ਸਕਦਾ ਬੋਲੋ ਬੋਲੋ ਰੋਪੜ ਸਾਹਿਬ ਬੋਲੋ ਫਟਾਫਟ ਬੋਲੋ ਉਹ ਜਿਹੜੀ ਇਹ ਗੱਲ ਕਹਿ ਰਹੇ ਹੈ ਨਾ ਉਹ ਇੱਕ ਏਪੀ ਡੀਆਰਪੀ ਸਕੀਮ ਆਈ ਸੀ ਸੈਂਟਰ ਗਵਰਨਮੈਂਟ ਦੀ ਜਿਹੜੇ ਮੀਟਰ ਅਸੀਂ ਬਾਹਰ ਕੱਢੇ ਨੇ ਨਾ ਔਰ ਲਾਈਨਾਂ ਅਸੀਂ 24 ਘੰਟੇ ਸਪਲਾਈ ਕੀਤੀ ਹੈ ਐਗਰੀਕਲਚਰ ਫੀਡਰ ਵੱਖਰੇ ਤੇ ਦੂਜੇ ਵੱਖਰੇ ਉਹਦੇ ਨਾਲ ਜਿਹੜੇ ਟ੍ਰਾਂਸਮਿਸ਼ਨ ਲਾਸਸ ਕੱਟੇ ਸੀ ਉਹ ਸੈਂਟਰ ਗਵਰਨਮੈਂਟ ਦੀ ਸਕੀਮ ਨਾਲ ਡਾਕਟਰ ਮਨਮੋਹਨ ਸਿੰਘ ਦੀ ਸਕੀਮ ਜੋ ਕੀਤੀ ਆ ਉਹ ਹੁਣ ਵੀ ਹੋਈ ਹੈ ਔਰ ਟ੍ਰਾਂਸਮਿਸ਼ਨ ਲਾਸਸ ਇਹਨਾਂ ਦੇ ਟਾਈਮ ਨਾਲ ਹੁਣ ਵੀ ਸਾਡੇ ਕੱਟੇ ਨੇ ਪਰ ਸਾਡਾ ਸਭ ਤੋਂ ਇੰਡਸਟਰੀਅਲ ਫੀਡਰ ਜਿਹੜਾ ਹੈਗਾ ਸਭ ਤੋਂ ਘੱਟ ਟ੍ਰਾਂਸਮਿਸ਼ਨ ਲਾਸਸ ਜੀ ਠੀਕ ਠੀਕ ਹੈ ਕਲੀਅਰ ਸਾਹਿਬ ਇੱਕ ਮਿੰਟ ਪਲੀਜ਼ ਰੁਕ ਜਾਓ ਹੁਣ ਰੁਕ ਜਾਓ ਸਰ 17 ਤੋਂ ਹੁਣ ਤੱਕ ਘਟ ਗਏ ਸਰ ਕਲੀਅਰ ਸਾਹਿਬ ਰੁਕ ਜਾਓ ਪਲੀਜ਼ ਸਰ ਰੁਕ ਜਾਓ ਹੁਣ ਰੁਕ ਜਾਓ ਇੱਕ ਮਿੰਟ ਡਾਟਾ ਕਰਕੇ ਆਖਰੀ ਇੱਕ ਮਿੰਟ ਤੁਹਾਡਾ ਚਾਹੀਦਾ ਡਾਟਾ ਕਰਕੇ ਇੱਕ ਮਿੰਟ ਪਲੀਜ਼ ਇੱਕ ਮਿੰਟ ਇੱਕ ਮਿੰਟ ਪਲੀਜ਼ ਡਾਟਾ ਕਰਕੇ ਇਹ ਸਰ ਇਲਜ਼ਾਮ ਤਰਾਸ਼ੀਆਂ ਬਹੁਤ ਹੋ
एक दूजे ना जुम्मेवार ने क्योंकि रूल तो पॉलिटिक्स नहीं करना है, पर मैं ये लगता है एक दूजे को ब्लेम करने होर करने हरेक ने कुछ सच तो कुछ इधर उधर की गल करी है, ये दर्शक आपे समझ आते हैं। वड्डी गल यह है कि जे पावर नूं जिन्ना असीं प्राइवेटाइज करांगे चाहे थोड़ी जी महंगी होवे, जे घरे रोटी महंगी होवे तो होटल नहीं ते जाके खाण नाल नहीं कम चलता, वो महंगी होने का कारण की है, असीं इंपलायमेंट दिंदे आ, असीं गेनफुल इंपलायमेंट दिंदे आ, असीं ऐ नहीं भी जेई रखना है उन्हूं 5000 देवांगे, असीं उस नूं एसडीओ नूं जेई नूं लाइन माइन नूं असीं ट्रेसर नूं उन्हां दे होर दूजे अमले फैले नूं, जिहड़ा बिजली बोर्ड सी हुण इह कारपोरेशन बणाई इहनां ने, ਉਹ ਕਾਰਪੋਰੇਸ਼ਨਾਂ ਇੰਪਲਾਇਮੈਂਟ ਵੀ ਤਾਂ ਦੇਣੀਆਂ ਨੇ, ਸਾਡਾ ਏਮ ਇਹ ਇਕੱਲਾ ਪਾਵਰ ਵੀ ਦੇਣਾ ਹੈ ਇੰਪਲਾਇਮੈਂਟ ਵੀ ਦੇਣਾ ਹੈ ਔਰ ਗੇਨਫੁਲ ਇੰਪਲਾਇਮੈਂਟ ਦੇਣਾ ਹੈ ਰਿਸਪੈਕਟਫੁਲ ਇੰਪਲਾਇਮੈਂਟ, ਉਹਨੂੰ ਅਸੀਂ ਮਾਈਨਸ ਕਰ ਦਿੰਦੇ ਹਾਂ, ਫਿਰ ਅਸੀਂ ਕਹਿੰਦਾ ਕਿ ਫਲਾਣਾ ਸਸਤਾ ਦੇ ਦੂ, ਅਲਟੀਮੇਟਲੀ ਪ੍ਰਾਈਵੇਟ ਕੀ ਕਰਦਾ, ਛੋਟੀ ਜਿਹੀ ਉਦਾਹਰਨ ਸਾਡੇ ਸਾਹਮਣੇ ਹੈ, ਜਿੱਦੇ ਕ੍ਰਾਈਸਿਸ ਆਉਂਦਾ ਹੈ ਉਹਦੇ ਪ੍ਰਾਈਵੇਟ ਕੀ ਕਰਦਾ, ਕੋਵਿਡ ਆਇਆ ਸੀ ਡਾਕਟਰ ਜਿਹੜੇ ਇਕੱਲੇ ਇਕੱਲੇ ਸੀ ਜਿਹਨਾਂ ਦੀ ਸੰਗੀ ਵੀ ਨੱਪੀ ਜਾ ਸਕਦੀ ਸੀ, ਉਹਨਾਂ ਨੇ ਵੀ ਲਿਖ ਕੇ ਦਿੱਤਾ ਵੀ ਸਾਡੇ ਕੋਲ ਨਾ ਆਇਓ ਸਾਡਾ ਤਾਂ ਬੰਦ ਹੈ, ਸਰਕਾਰੀਆਂ ਨਹੀਂ ਦੇਖਿਆ ਸਰਕਾਰੀਆਂ ਨਹੀਂ ਕਰਿਆ, ਏਦਾਂ ਸਰਕਾਰੀ ਸਿਸਟਮ ਜਿਹੜਾ ਹੈ ਉਹਨੂੰ ਨਹੀਂ ਤੋੜਨਾ ਚਾਹੀਦਾ, ਉਹ ਥੋੜ੍ਹਾ ਮਹਿੰਗਾ ਹੋ ਸਕਦਾ ਹੈ, ਉਹਦੇ ਵਿੱਚ ਜਿਹੜੇ ਫਾਲਤੂ ਲੋਸ ਹੁੰਦੇ ਨੇ, ਫਾਲਤੂ ਮੈਨ ਪਾਵਰ ਹੈ, ਚੋਰੀ ਹੈ, ਠੱਗੀ ਹੈ, ਆਪਾਧਾਪੀ ਹੈ, ਉਹਨੂੰ ਬੰਦ ਕਰਕੇ ਅਸੀਂ ਬਹੁਤ ਕੁਛ ਘਟਾ ਸਕਦੇ ਹਾਂ, ਲੋਕਾਂ ਨੂੰ ਪਾਵਰ ਸਸਤੀ ਵੀ ਦੇ ਸਕਦੇ ਹਾਂ, ਵਧੀਆ ਵੀ ਦੇ ਸਕਦੇ ਹਾਂ, ਅਤੇ ਜਿਹੜੀ ਗੱਲ ਸੀ ਵੀ ਗ੍ਰਿਡ ਉੱਥੋਂ ਲੈਣੀ, ਅਸੀਂ ਨੈਸ਼ਨਲ ਗ੍ਰਿਡ 'ਚੋਂ ਲੈਣ ਦਾ ਇੱਕੋ ਹੀ ਫਾਇਦਾ ਇਹ ਹੁੰਦਾ ਹੈ ਕਿ ਤੁਸੀਂ ਆਪਦੇ ਜਿਹੜੇ ਪਾਵਰ ਪਲਾਂਟ, ਕਿਉਂਕਿ ਕੋਲ ਫੈਡ ਪਾਵਰ ਪਲਾਂਟ ਦੇ ਉੱਤੇ ਅੱਜ ਪੂਰੀ ਦੁਨੀਆ ਦੇ ਵਿੱਚ ਪੈਰਿਸ ਸਮਝੌਤੇ ਦੇ ਅੰਡਰ ਅਸੀਂ ਜਿੰਨੇ ਜ਼ਿਆਦਾ ਵਧਾਵਾਂਗੇ ਉਹਦੇ ਨਾਲ ਜ਼ਿਆਦਾ ਪੋਲਿਊਸ਼ਨ ਕਰਕੇ ਸਾਨੂੰ ਉੱਤੇ ਇੰਟਰਨੈਸ਼ਨਲ ਲੈਵਲ 'ਤੇ ਵੀ ਸਾਹਮਣਾ ਕਰਨਾ ਪਏਗਾ। ਇੱਕ ਗੱਲ ਕਹੀ ਸੀ ਦਰਾਹੇ ਦੇ ਪਲਾਂਟ ਦੀ, ਉਹ ਜਿਹੜੇ ਮਾਈਕਰੋ ਪਾਵਰ ਪਲਾਂਟ ਨੇ ਉਹ UBDC ਦੇ ਵੀ ਲਗਾਏ ਸੀ, ਆਹ ਰੋਟੀ ਵੀ ਲਗਾਇਆ ਸੀ, ਜਾ ਕੇ ਦੇਖ ਲਓ ਕੀ ਹਾਲ ਹੈ। ਸੋ ਜਿੰਨਾ ਚਿਰ ਅਸੀਂ ਮਾਈਕਰੋ ਪਾਵਰ ਪਲਾਂਟ ਉੱਥੇ ਨਿਲਾਮਪੁਰ ਲਗਾਇਆ ਹੋਇਆ, ਜਿੰਨਾ ਚਿਰ ਅਸੀਂ ਮਾਈਕਰੋ ਪਾਵਰ ਇੱਥੇ ਲੱਗ ਸਕਦੇ, ਜਿੱਥੇ ਜਿੱਥੇ ਘਰਾਟ ਸੀਗੇ ਸੂਰਤ ਲੱਗ ਸਕਦਾ ਸੀ, ਇੱਥੇ ਬੁਗਲੇ ਲੱਗ ਸਕਦਾ ਸੀ, ਬੱਬਨਪੁਰ ਲੱਗ ਸਕਦਾ ਸੀ, ਜਿਹੜੇ ਜਿਹੜੇ ਮਾਈਕਰੋ ਪਾਵਰ ਪਲਾਂਟ ਅਸੀਂ ਲਾ ਸਕਦੇ ਹਾਂ ਉਹਨੂੰ ਮੇਨ ਗ੍ਰਿਡ 'ਤੇ ਪਾ ਸਕਦੇ ਹਾਂ, ਉਹਦੀ ਉਸ ਤਰੀਕੇ ਨਾਲ ਸਟੱਡੀ ਨਹੀਂ ਹੋਈ ਨਾ ਉਹ ਮੇਨਟੇਨ ਹੋਏ ਨੇ। ਸੋ ਜੇ ਅਸੀਂ ਉਸ ਤਰੀਕੇ ਨਾਲ ਕਰਾਂਗੇ ਪਰ ਉਹ ਬਹੁਤ ਥੋੜ੍ਹਾ ਹੋਏਗਾ, ਉਹ ਬਹੁਤ ਜ਼ਿਆਦਾ ਨਹੀਂ ਹੈ ਜੇ ਅਸੀਂ ਸੋਚੀਏ। ਸਾਨੂੰ ਸੋਲਰ ਇਲੈਕਟ੍ਰਿਸਿਟੀ, ਬਾਇਓਗੈਸ ਇਲੈਕਟ੍ਰਿਸਿਟੀ ਇਹਦੇ ਵੱਲ ਨੂੰ ਤਾਂ ਜਾਣਾ ਹੀ ਪਏਗਾ, ਚਾਹੇ ਥੋੜ੍ਹੀ ਜਿਹੀ ਮਹਿੰਗੀ ਪਵੇ, ਇਹ ਕਿਉਂਕਿ ਨਹੀਂ ਤਾਂ ਪਲੈਨਟ ਨਹੀਂ। ਸੋ ਅੱਜ ਜੋ ਲੋੜ ਇਹ ਹੈ ਸਰਕਾਰੀ ਸਿਸਟਮ ਨੂੰ ਤਕੜਾ ਕਰੋ, ਜਨਰੇਸ਼ਨ ਦੇ ਉੱਤੇ 5000 ਕਰੋੜ ਖਰਚ ਵੀ ਤਾਂ ਹੁਣ ਨਾ ਸੋਰੀ ਡਿਸਟ੍ਰੀਬਿਊਸ਼ਨ 'ਤੇ, ਹੁਣ ਕਹਿੰਦੇ ਦੇ ਦਿਓ ਪ੍ਰਾਈਵੇਟ ਨੂੰ। ਸੋ ਇਹ ਪ੍ਰਾਈਵੇਟਾਈਜੇਸ਼ਨ ਬੰਦ ਕਰਨੀ ਪਏਗੀ, ਸਰਕਾਰੀ ਸਿਸਟਮ ਨੂੰ ਤਕੜਾ ਕਰਨਾ ਪਏਗਾ, ਐਫੀਸ਼ੀਐਂਟ ਬਣਾਉਣਾ ਪਏਗਾ, ਇਹ ਹੈ ਮੁੱਦਾ ਸਾਡੇ ਸਾਹਮਣੇ। ਆਖਰੀ ਸਵਾਲ ਸਰ, ਮਨਪ੍ਰੀਤ ਬਾਦਲ ਜਿਹੜਾ ਆਪਦਾ ਬਿਆਨ ਹੈ ਉਸ ਨੂੰ ਦੁਹਰਾ ਪਾਣਗੇ ਬਠਿੰਡੇ ਵਾਲਾ? ਸਰ ਮੇਰਾ ਸਵਾਲ ਤਾਂ ਉਹੀ ਹੈ ਸਰ, ਜੇ ਸਰਕਾਰੀ ਥਰਮਲ ਪਲਾਂਟ ਦੀ ਤੁਸੀਂ ਗੱਲ ਕਰਦੇ ਪਿਓ, ਕਿੱਦਾਂ ਫਿਰ ਦੁਬਾਰਾ ਜਿਹੜਾ ਮਨਪ੍ਰੀਤ ਬਾਦਲ ਨੇ ਉੱਥੇ ਐਲਾਨ ਕੀਤਾ ਸੀ ਬਠਿੰਡੇ 'ਚ ਵੀ ਇਹ ਚੱਲਦਾ ਰਹੂਗਾ, ਇਹਦੀਆਂ ਚਿਮਨੀਆਂ 'ਚ ਧੂੰਆਂ ਨਿਕਲਦਾ ਰਹੂਗਾ, ਉਹ ਚਿਮਨੀਆਂ 'ਚ ਧੂੰਆਂ ਤਾਂ ਕਾਹਦਾ ਗਾਇਬ ਹੋ ਗਿਆ ਡਟ ਕਰ? ਦੇਖੋ ਮਨਪ੍ਰੀਤ ਬਾਦਲ ਜੀ ਦੀ ਤਾਂ ਗੱਲ ਜਿੰਨਾ ਚੁੱਪ ਰਹੀ ਹੈ ਚੰਗਾ ਹੀ ਹੈ, ਉਹ ਤਾਂ ਬੜੇ ਸੋਹਣੇ ਕੈਪਲੇਟ ਸੁਣਾ ਸਕਦੇ ਨੇ, ਉਹਨਾਂ ਨੇ ਤਾਂ ਆਪਦੇ ਬਜਟ ਪੰਜਾਬੀ 'ਚ ਪੜ੍ਹ ਲਓ ਤੁਸੀਂ, ਜਿਹੜਾ ਹੁਣ ਬਜਟ ਪੇਸ਼ ਕਰਿਆ ਉਹ ਸੈਂਕੜੇ ਗਲਤੀਆਂ ਨੇ ਉਹਦੇ 'ਚ, ਜਿਹੜਾ ਪੰਜਾਬੀ ਨਹੀਂ ਆਪਦੇ ਬਜਟ ਦੀ ਠੀਕ ਕਰਾ ਸਕਦਾ ਉਹ ਧੂੰਆਂ ਚਿਮਨੀਆਂ ਦਾ ਧੂੰਆਂ ਕਿੱਥੋਂ ਬੰਦ ਕਰਾਉਣਾ? ਉਹਨਾਂ ਦੀ ਤਾਂ ਗੱਲ ਆਪਾਂ ਨਾ ਹੀ ਕਰੀਏ, ਮਾਨਦਾਰ ਨੇ ਸਭ ਕੁਛ ਨੇ, ਪਰ ਇਹ ਗੱਲ ਨਹੀਂ ਹੈ ਕਿ ਉਹ ਬਹੁਤ ਐਫੀਸ਼ੀਐਂਟਲੀ ਕੰਮ ਕਰਦੇ। ਚਲੋ ਬਹੁਤ ਧੰਨਵਾਦ ਡਾਕਟਰ ਗਰਗ ਤੁਹਾਡਾ, ਸੁਦੇਸ਼ ਰੋਪੜ ਤੁਹਾਡਾ ਬਹੁਤ ਧੰਨਵਾਦ, ਅਹਿਬਾਬ ਸਿੰਘ ਗਰੇਵਾਲ ਤੁਹਾਡਾ ਬਹੁਤ ਧੰਨਵਾਦ ਅਤੇ ਅਰਸ਼ਦੀਪ ਸਿੰਘ ਕਲੇਰ ਤੁਹਾਡਾ ਬਹੁਤ ਧੰਨਵਾਦ। PPA 'ਤੇ ਜਿਹੜੇ ਹੁਣ ਐਲਾਨ ਹੋਏ ਆ ਜਾਂ ਜਿਹੜੇ ਹੁਕਮ ਹੋਏ ਆ ਉਹਨਾਂ ਨੂੰ ਇਨ ਬਿਨ ਇਵੇਂ ਨਾ ਸਮਝ ਲਿਓ ਕਿ ਜਿਹੜਾ ਤੁਹਾਡਾ ਅਗਲਾ ਬਿੱਲ ਆਊਗਾ, ਜਿਹੜਾ ਅਗਲਾ ਬਿਲਿੰਗ ਸਾਈਕਲ ਆ ਉਹਦੇ ਵਿੱਚ ਘੱਟ ਪੈਸੇ ਲੱਗ ਕੇ ਆ ਜਾਣਗੇ। ਇਹਨੂੰ ਕੋਖੋ, ਇਹਨੂੰ ਸਮਝੋ, ਜਦੋਂ ਇਹ ਲਾਲ ਫੀਤਾਸ਼ਾਹੀ ਬਾਬੂਸ਼ਾਹੀ ਜਦੋਂ ਰਿਪੋਰਟਾਂ ਤਿਆਰ ਕਰੂਗੀ, ਉਹ ਰਿਪੋਰਟਾਂ ਜਿਹੜੀਆਂ ਅੱਗੇ ਜਾਣਗੀਆਂ, ਕੈਬਨਿਟ ਕੀ ਕਰੂਗੀ ਉਹਨਾਂ 'ਤੇ, ਵਿਧਾਨ ਸਭਾ ਕੀ ਕਰ ਸਕਦੀ ਹੈ, ਬਹੁਤ ਸਾਰੇ ਸਵਾਲ ਸਾਡੇ ਅੱਗੇ ਪਏ ਆ, ਪ੍ਰਾਈਵੇਟ ਪਲੇਅਰਸ ਵੀ ਕਿਹੜਾ ਚੁੱਪ ਬੈਠਣ ਵਾਲੇ ਹੈਗੇ ਆ। ਇਸ ਲਈ ਇਹ ਮੁੱਦਾ ਦਿਨੋ ਦਿਨ ਹੋਰ ਗੰਭੀਰ ਹੋਵੇਗਾ, ਪਰ ਬਿਜਲੀ ਦੇ ਮੁੱਦੇ 'ਤੇ ਜੇ ਸਾਰੀ ਪੋਲੀਟਿਕਸ ਹੋ ਰਹੀ ਹੈ ਤਾਂ ਇਹ ਤੁਹਾਡੇ ਲਈ, ਸਾਡੇ ਲਈ, ਪੰਜਾਬ ਲਈ ਬਹੁਤ ਚੰਗੀ ਗੱਲ ਹੈ, ਕਿਉਂਕਿ ਮੁੱਦਿਆਂ 'ਤੇ ਜੇ ਪੋਲੀਟਿਕਸ ਹੋਊਗੀ, ਮੁੱਦਿਆਂ 'ਤੇ ਰਾਜਨੀਤੀ ਹੋਊਗੀ, ਕੋਈ ਨਾ ਕੋਈ ਹੱਲ ਤਾਂ ਨਿਕਲੂਗਾ, ਜੇ ਨਹੀਂ ਨਿਕਲੂਗਾ ਤਾਂ ਹੱਲ ਕੱਢਣਾ ਪਊਗਾ। ਬਹੁਤ ਧੰਨਵਾਦ।